ਭਾਜੀ ਕੱਲੇ ਪੈਰ ਕੁੱਟੇ ਥੱਲੋਂ ਉਹਦਾ ਮਾਸ ਕੱਲਾ ਉਹਦਾ ਨੀਲ ਇੱਥੇ ਤੱਕ ਆਇਆ ਸੀ ਕੱਲੇ ਪੈਰ ਕੁੱਟਣ ਕੱਲੇ ਪੈਰ ਕੁੱਟਣ ਨਾਲ ਕੱਲੇ ਪੈਰ ਕੁੱਟਣ ਉਦੋਂ ਬਾਅਦ 1 ਮਿੰਟ ਝੁੱਟੀ ਲਾਉਣੀ ਅੱਧਾ ਪੌਣਾ ਮਿੰਟ ਲਾਉਣੀ ਹਾਂ ਪੈਰ ਕੁੱਟਣੇ ਫੇਰ ਭਜਾਉਣਾ ਵੀ ਖੂਨ ਨਾ ਖੜ ਜਾਵੇ ਖੂਨ ਤਾਂ ਭਾਜੀ ਫੇਰ ਵੀ ਲੱਤਾਂ ਤੇ ਖੜਾ ਰਿਹਾ 2-3 ਮਹੀਨੇ ਐਵੇਂ ਹੀ ਨੀਲ ਰਹੇ ਨੇ ਇੱਕ ਦਿਨ ਬਿਨਾਂ ਗੱਲੋਂ ਮੇਰੇ ਤੇ ਅੱਜ ਤੱਕ ਮਨਾਉਂਦੇ ਸੀ ਮਤਲਬ ਹੈ ਹਾਂਜੀ ਹਾਂ ਬਿਨਾਂ ਗੱਲੋਂ ਕੋਈ ਮਨਾਉਂਦੇ ਭਾਜੀ ਜਾਂ ਕਰਿਆ ਹੀ ਨਹੀਂ ਇਹੋ ਜਿਹਾ ਕੁਝ ਜਾਂ ਹੈ ਹੀ ਨਹੀਂ ਸੀ ਇਨਵੋਲਵ ਕਿਸੇ ਗੱਲ 'ਚ ਇੱਕ ਤਾਂ ਪੈਰ ਕੁੱਟੇ ਹੋਰ ਉਸ ਤੋਂ ਬਿਨਾਂ ਕੀ ਕੀ ਬਹੁਤ ਕੁਝ ਕਰਿਆ ਭਾਜੀ ਕੁਝ ਮਾੜਾ ਮੋਟਾ ਪਾਣੀ ਲਮਕਾਇਆ ਕਰੰਟ ਲਵਾਇਆ ਚੱਡੇ ਗੋਲੇ ਹਾਂ उल्टी ਅੱਛਾ ਤੇ 9 ਪੱਟੇ ਆ ਉਸ ਤੋਂ ਬਾਅਦ ਹੈ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਜਦੋਂ ਮਾੜਾ ਜਿਹਾ ਠੀਕ ਜਾ ਮੈਂ ਕਿਹਾ ਹੁਣ ਲਿਖਾ ਲਓ ਜਿਹੜਾ ਕੋਈ ਲਿਖਾਉਣਾ ਉਹ ਸ਼ਰਵਿੰਦਾ ਅੱਛਾ ਵੀ ਉਹਨਾਂ ਨੇ ਤਾਂ ਜ਼ੋਰ ਲਾ ਲਿਆ ਸੀ ਆਪਦੇ ਕੰਨੀ ਉਹ ਠੀਕ ਹੈ ਜਦ ਭਾਜੀ ਕਰੇ ਹੀ ਨਹੀਂ ਬਿਨਾਂ ਗੱਲੋਂ ਕਿਵੇਂ ਮੰਨ ਲਾ ਹਲੇ ਲੋਕ ਝੂਠੇ ਵੀ ਮੰਨ ਜਾਂਦੇ ਨੇ ਉਹਨਾਂ ਕੋਲੇ ਹਾਂ ਰੱਬ ਆਪਾਂ ਕਹਿੰਦੇ ਨੇ ਮਾੜਾ ਕਰਦਾ ਜੀ 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 ਰੱਬ ਕਦੇ ਮਾੜਾ ਨਹੀਂ ਕਰਦਾ ਜੀ ਮੈਨੂੰ ਲੱਗਦਾ ਸੀਗਾ ਮੇਰਾ ਨੱਕ ਵੀ ਖਰਾਬ ਹੋ ਗਿਆ ਨਾ ਹਾਂ ਤੇ ਜਦੋਂ ਭਾਜੀ ਮੈਂ ਹੁਣ ਸਹੀ ਗੱਲ ਕਰਨ ਲੱਗਿਆ ਤੁਹਾਨੂੰ ਦੱਸਣ ਲੱਗਿਆ ਇਹ ਪੱਟੀ ਨੇ ਮੈਨੂੰ ਪਛਾਣ ਬਹੁਤ ਛੇਤੀ ਦਿੱਤੀ ਅੱਛਾ ਵੀ ਇਹ ਲੈਣ ਚ ਗਾਣੇ ਵਾਲੀ ਫਿਲਮ ਵਾਲੀ ਜਿਹੜੀ ਵੀ ਜੋ ਜਿੰਨੇ ਜੋਗਾ ਹੈਗਾ ਜੋ ਵੀ ਮੇਰੀ ਪਛਾਣ ਹੈ ਜੀ ਇੱਕ ਤਾਂ ਹੈਗੀ ਮੇਰੇ ਮਾਪੇ ਕਰਕੇ ਆ ਸੁਰਿੰਦਰ ਸਿੰਘ ਦਾ ਮੁੰਡਾ ਮੈਂ ਜਗਿੰਦਰ ਕੌਰ ਦੀ ਔਲਾਦ ਆ ਜੇ ਉਹਨਾਂ ਦੀ ਕੁੱਖੋਂ ਜੰਮਿਆ ਮੈਂ ਉਹ ਮਾਂ ਦੀ ਕੁੱਖੋਂ ਜੰਮਿਆ ਜਿਹਨੂੰ ਮੈਂ 18 ਸਾਲ ਬੁਲਾਇਆ ਨਹੀਂ ਤਾਂ ਮੇਰਾ ਮਾੜਾ ਮੋਟਾ ਨਾਂ ਆ ਵੀਰ ਜੀ ਨਹੀਂ ਮੈਨੂੰ ਕਿਸੇ ਨੇ ਨਹੀਂ ਜਾਣਨਾ ਸੀ ਇਹ ਕਿਸੇ ਹੋਰ ਦੇ ਹੁੰਦਾ ਗ੍ਰੰਥੀ ਸਿੰਘ ਦੇ ਗਲ 'ਚ ਟਾਇਰ ਪਾਇਆ ਕੱਲਾ ਕਸ਼ਹਿਰਾ ਸੀ ਮੈਂ ਖੁਦ ਦੇਖਿਆ ਤੁਸੀਂ ਦੇਖੀ ਜੀ ਇਹ ਖੁਦ ਦੇਖਿਆ ਜੀ ਉਸ ਤੋਂ ਬਾਅਦ ਸਿੱਖਾਂ ਨੂੰ ਮਾਰਦੇ ਸੀਗੇ ਸਾਡੇ ਡੈਡੀ ਨੇ ਦਿੱਲੀ ਦੀ ਗੱਲ ਹੈ ਇਹ ਦਿੱਲੀ ਦੀ ਗੱਲ ਹੈ ਸਾਡੇ ਡੈਡੀ ਨੇ ਤੁਸੀਂ ਇਹ ਚੀਜ਼ ਇਹ ਵੀ ਦੇਖਿਆ ਬਿਲਕੁਲ ਦੇਖਿਆ ਜੀ ਸਾਡੇ ਡੈਡੀ ਨੇ ਫੇਰ ਕੀ ਕਰਿਆ ਕੈਂਚੀ ਘਰੋਲੀ ਜਿਹੜੀ ਆਮ ਕੱਪੜੇ ਦੀ ਕੈਂਚੀ ਹੁੰਦੀ ਹੈ ਹਾਂਜੀ ਹਾਂਜੀ ਸਾਡੇ ਜੂੜੇ ਕੱਟੇ ਕਿਉਂਕਿ ਸਿੱਖਾਂ ਨੂੰ ਮਾਰਦੇ ਸੀ ਹਾਂਜੀ ਇੱਕ ਘਰ 'ਚ ਰਹਿਣਾ ਨਾ ਬੁਲਾਉਣਾ ਹਾਂਜੀ ਉਹ ਵੀ ਸਮਾਂ ਆਇਆ ਤੁਹਾਡੇ ਤੇ ਵੀ ਜਦੋਂ ਮਾਂ ਨੇ ਕਿਹਾ ਜਾਂ ਲੋਕਾਂ ਨੇ ਕਿਹਾ ਵੀ ਮਾਂ ਕਹਿੰਦੀ ਮੈਨੂੰ ਚੁਣਨਾ ਜਾਂ ਤੂੰ ਬਦਮਾਸ਼ੀ ਚੁਣਨੀ ਆ ਤਾਂ ਬਦਮਾਸ਼ੀ ਚੁਣ ਲੈਂਦੇ ਹੋ ਬਿਲਕੁਲ ਜੀ ਕਿਵੇਂ ਦੇ ਹਾਲਾਤ ਸੀਗੇ ਉਹ ਯਾਰੀ ਦੋਸਤੀ ਲਾ ਲਓ ਕੁਛ ਲਾ ਲਓ ਇੱਕ ਕਾਰ ਦੱਸਿਆ ਸੀਗਾ ਪਹਿਲਾਂ ਲੜਕੀ ਨੂੰ ਐਂ ਕਰਿਆ ਹੈ ਨਾ ਫਿਰ ਉੱਥੇ ਮੈਂ ਉਹਨੂੰ ਐਂ ਕੁੱਟਿਆ ਜਾ ਕੇ ਫਿਰ ਉਦੋਂ ਬਾਅਦ ਚ ਹੌਸਲਾ ਜਿਹਾ ਖੁੱਲ ਗਿਆ ਬਸ ਫਿਰ ਤੁਰ ਗਏ ਉਸ ਪਾਸੇ ਨੂੰ ਅੱਛਾ ਹਾਂਜੀ ਤੇ ਤੁਸੀਂ ਇੱਕ ਮੈਨੂੰ ਇਹ ਦੱਸਿਓ ਨੱਕ ਦੇ ਉੱਪਰ ਲਾ ਕੇ ਰੱਖਦੇ ਹੋ ਮੈਂ ਤੁਹਾਨੂੰ ਦੱਸ ਦਿੰਦਾ ਦੋਸਤੋ ਪਹਿਲਾਂ ਦੱਸਣ ਪਹਿਲਾਂ ਵੀ ਵੀਰਾ ਨਾ ਹੁਣ ਪਹਿਲਾਂ ਤਾਂ ਵਿਲਨ ਸੀਗਾ ਰੀਅਲ ਲਾਈਫ 'ਚ ਹੁਣ ਫਿਲਮ ਨਾ ਵੀਰਾ ਤੁਸੀਂ ਦੇਖ ਰਹੇ ਹੋ ਗੀਤਾਂ ਵਿੱਚ ਹਰੇਕ ਗੀਤ ਦੇ ਵਿੱਚ ਮੇਨ ਵਿਲਨ ਦੇ ਤੌਰ 'ਤੇ ਗੀਤਾਂ 'ਚ ਫਿਲਮਾਂ ਦੇ ਵਿੱਚ ਵੀ ਬਹੁਤ ਤੁਸੀਂ ਦੇਖਿਆ ਹੋਣਾ ਵੀਰ ਨੂੰ ਅੱਜ ਵੀਰੇ ਦੀ ਲਾਈਫ 'ਤੇ ਸਟੋਰੀ ਲੈ ਕੇ ਆਏ ਹਾਂ ਤਾਂ ਵੀਰੇ ਇਹ ਦੱਸਿਓ ਮਾੜਾ ਜਿਹਾ ਪੱਟੀ ਦਾ ਕੀ ਇਹ ਤੁਹਾਡਾ ਉਸਦਾ ਇੱਕ ਕਰੈਕਟਰ ਹੈ ਜਾਂ ਕੀ ਗੱਲਬਾਤ ਹੈ ਜੀ ਕਰੈਕਟਰ ਤੁਸੀਂ ਐਂ ਕਰੋ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਲਓ ਜਿਹੜਾ ਕੋਈ ਸਾਰਾ ਕੁਝ ਸੱਚ ਦੱਸਣਾ ਮੇਰੇ ਮਗਰ ਨਹੀਂ ਲੱਗਣਾ ਔਂਗਲ ਫੜਾਓ ਬਿਲਕੁਲ ਸੱਚ ਦੱਸੋ ਜੋ ਵੀ ਹੈ ਕੋਈ ਪਤਾ ਨਹੀਂ ਗੱਡੀ ਟਾਇਰ ਹੈ ਜੀ ਤਾਂ 100 ਦੇ ਆ ਹੋਰ ਭਾਈ ਚੈੱਕ ਕਰ ਲਓ ਆ ਕੇ 100 ਤੇ ਟੈਸਟ ਕਰਾ ਲਓ ਜਿਹੜਾ ਕਰਾਉਣਾ ਹੈ ਨਾ ਜੋ ਜਿਹੜੇ ਮੋਟੇ ਮੋਟੇ ਕਿਹੜੇ ਕਿਹੜੇ ਫਿਲਮਾਂ ਦੇ ਵਿੱਚ ਜਾਂ ਕਿਹੜੇ ਕਿਹੜੇ ਗੀਤ ਤੁਹਾਡੇ ਆ ਚੁੱਕੇ ਆ ਕੋਈ ਵੀਰੇ ਬਹੁਤ ਗੀਤ ਆਏ ਨੇ ਹੁਣ ਇੰਨੇ ਨਾ ਯਾਦ ਨਹੀਂ ਕਿ ਬਹੁਤ ਨੇ ਹਲੇ ਵੀ ਪਤਾ ਕਰ ਲਓ ਜਿੱਥੇ ਮਰਜ਼ੀ ਜਾ ਕੇ ਉਹ ਸਿੰਗਰ ਕਹਿੰਦਾ ਸਪੀਕਰ 'ਚ ਕਹਿੰਦਾ ਪਹਿਲੀ ਵਾਰੀ ਬੰਦਾ ਦੇਖਿਆ ਜਿਹੜਾ ਮਾਂ ਦਾ ਗਾਣਾ ਲਵਾਉਂਦਾ ਨਹੀਂ ਤਾਂ ਅਗਲਾ ਫਰਮਾਇਸ਼ ਉਹਦੀ ਕਹਿੰਦਾ ਉਹਦੀ ਕਹਿੰਦਾ ਮੈਂ ਕਿਹਾ ਵੀਰੇ ਗਾਣੇ ਨਾਲ ਨਾ ਗੱਜ ਗੱਜ ਕਰ ਮੈਂ ਆਪਦੀ ਮਾਂ ਨੂੰ ਪੁੱਛਿਆ ਨਹੀਂ ਮੈਂ ਕਿਹਾ ਮੈਂ ਗਾਣਾ ਤਾਂ ਮੈਂ ਕਹਿਤਾ ਮੈਂ ਕਿਹਾ ਸਪੀਕਰ ਦੇ ਵਿੱਚ ਕਿਹਾ ਮੈਂ ਵੀਰੇ ਉਹ ਗੱਲ ਜਿਹੜੀ ਹੁਣ ਦੁਨੀਆ ਮੂਹਰੇ ਦੱਸਦਾ ਅਗਲਾ ਕਹਿੰਦਾ ਆ ਵੀਰੇ ਪੁੱਛਦੇ ਨਾ ਪੁੱਛਦੇ ਹੁਣ ਮਾਮਾ ਪਿਓ ਮਾਂ ਨੂੰ ਪਤਾ ਨਹੀਂ ਮੇਰੀ ਗੱਲ ਦੱਸੀ ਤੇ ਅਗਲਾ ਵਿੱਚ ਵਿੱਚ ਕਹਿੰਦੇ ਨੇ 5-7 ਸਾਰੇ ਨਹੀਂ ਵਿੱਚ ਬਹੁਤ ਸੋਹਣੇ ਕਮੈਂਟ ਆਉਂਦੇ ਨੇ 5-7 ਕਹਿੰਦੇ ਲੈ ਇਹ ਤਾਂ ਗਮੀਨਾ ਹੈ ਐਸੇ ਹੈ ਫਲਾਨਾ ਹੈ ਬਿਲਕੁਲ ਰੱਬ ਕਿਸੇ ਦਾ ਗਲਤ ਕਰਾਵੇ ਆਪਣੇ ਤੋਂ ਪਹਿਲੇ ਚੱਕ ਲਵੇ ਕਿਸੇ ਦਾ ਮਾੜਾ ਕਰਾਉਣ ਤੋਂ ਪਹਿਲਾਂ ਬਿਲਕੁਲ ਬਿਲਕੁਲ ਵੀਰੇ ਸਟੋਰੀ ਦਾ ਕੋਈ ਮਕਸਦ ਸਾਡੀ ਸਟੋਰੀ ਦਾ ਮਕਸਦ ਕੋਈ ਇਹ ਨਹੀਂ ਹੈਗਾ ਵੀ ਜੋ ਜੋ ਵੀਰ ਦੇ ਬੱਲੇ ਬੱਲੇ ਕਰਾਉਣੀ ਆ ਸਾਡਾ ਸਟੋਰੀ ਦਾ ਮਕਸਦ ਇਹ ਹੈ ਇਹ ਨੌਜਵਾਨ ਵੀਰ ਕਿਸੇ ਤਰੀਕੇ ਨਾਲ ਕਿਵੇਂ ਭੜਕ ਗਿਆ ਅੱਜ ਉਹ ਪਛਤਾਵਾ ਵੀ 18 ਸਾਲ ਮੈਂ ਆਪਣੀ ਮਾਂ ਨੂੰ ਨਹੀਂ ਬੁਲਾਇਆ ਅੱਜ ਮਾਂ ਨਹੀਂ ਰਹੀ ਪਿਓ ਨਹੀਂ ਰਿਹਾ ਹੈ ਨਾ ਉਹ ਪਛਤਾਵਾ ਵੀ ਹੋਰ ਕੋਈ ਪੰਜਾਬ ਦਾ ਪੁੱਤ ਕੋਈ ਇਹ ਦਲਦਲ ਦੇ ਵਿੱਚ ਨਾ ਫਸੇ ਆਪਣੀ ਮਾਂ ਤੋਂ ਦੂਰ ਨਾ ਹੋਵੇ ਮਾਂ ਹਰ ਸਮੇਂ ਤੜਫਦੀ ਰਹਿੰਦੀ ਇੱਕ ਮਾਂ ਅਤੇ ਪੁੱਤ ਦਾ ਰਿਸ਼ਤਾ ਹੈ ਜਿਹੜਾ ਦੁਨੀਆ ਵਿੱਚ ਇੰਨਾ ਮੰਨਿਆ ਹੋਇਆ ਰਿਸ਼ਤਾ ਵੀ ਇਹ ਤੋਂ ਉੱਪਰ ਕੋਈ ਰਿਸ਼ਤਾ ਹੋਰ ਹੈ ਨਹੀਂ ਹਾਂਜੀ ਜੋਜੋ ਸਾਹਿਬ ਕਿਵੇਂ ਹੋਰ ਚੜ੍ਹਦੀ ਕਲਾ 'ਚ ਵੀਰੇ ਚੜ੍ਹਦੀ ਕਲਾ ਜੀ ਬਿਲਕੁਲ ਓਜਲਾ ਵੀਰੇ ਅੱਛਾ ਮੈਨੂੰ ਇਹ ਦੱਸਿਓ 18 ਸਾਲ ਇੱਕ ਮਾਂ ਤੋਂ ਇੱਕ ਪੁੱਤ ਦਾ ਦੂਰ ਰਹਿਣਾ ਇੱਕ ਘਰ 'ਚ ਰਹਿਣਾ ਨਾ ਬੁਲਾਉਣਾ ਉਹ ਵੀ ਸਮਾਂ ਆਇਆ ਤੁਹਾਡੇ 'ਤੇ ਵੀ ਜਦੋਂ ਮਾਂ ਨੇ ਕਿਹਾ ਜਾਂ ਲੋਕਾਂ ਨੇ ਕਿਹਾ ਵੀ ਮਾਂ ਕਹਿੰਦੀ ਮੈਨੂੰ ਚੁਣਨਾ ਜਾਂ ਤੂੰ ਬਦਮਾਸ਼ੀ ਚੁਣਨੀ ਆ ਤਾਂ ਬਦਮਾਸ਼ੀ ਚੁਣ ਲੈਂਦੇ ਹੋ ਬਿਲਕੁਲ ਜੀ ਕਿਵੇਂ ਦੇ ਹਾਲਾਤ ਸੀਗੇ ਉਹ ਬਾਈ ਜੀ ਹਾਲਾਤ ਮੇਰਾ ਦਿਲ ਜਾਣੇ ਮੈਨੂੰ ਪਤਾ ਜੀ ਹੁਣ ਵੀ ਪਤਾ ਮੈਂ ਇਕੱਲਾ ਬੈਠਾ ਇਕੱਲੀ ਵੀ ਇਕੱਲਾ ਪਿਆ ਰੋਣਾ ਕਈ ਵਾਰੀ ਜੀ ਵੀ ਮੈਂ ਜੋ ਕਰਿਆ ਗਲਤ ਕਰਿਆ ਜੀ ਜਿਹਨੇ ਕੁੱਖ 'ਚ ਰੱਖਿਆ ਜੀ ਮੈਂ ਪਹਿਲਾਂ ਵੀ ਕਿਹਾ ਜੀ ਜਦੋਂ 9 ਮਹੀਨੇ ਮਾਂ ਬੱਚੇ ਨੂੰ ਕੁੱਖ 'ਚ ਰੱਖਦੀ ਆ ਜੀ ਉਹਦਾ ਪਤਾ ਨਹੀਂ ਵੀ ਮੌਤ ਹੋਣੀ ਆ ਕਿ ਉਹਨੇ ਬਚਣਾ ਜੀ ਲਾਸਟ ਟਾਈਮ ਹੁੰਦਾ ਕਈ ਵਾਰੀ ਉਹਦਾ ਜੀ ਐਡਾ ਰਿਸਕ ਲੈਂਦੀ ਆ ਮਾਂ ਬੱਚਾ ਉਹਦੇ ਨਾਲ ਐਂ ਕਰ ਜਾਵੇ ਉਹਨੂੰ ਬੁਲਾਵੇ ਤੱਕ ਨਾ ਘਰ 'ਚ ਰਹਿ ਕੇ ਫਿਰ ਉਦੋਂ ਵੱਧ ਦੱਸੋ ਕੀ ਹੈ
ਜੀ ਉਦੋਂ ਬਾਅਦ ਤਾਂ ਕੋਈ ਬੋਲ ਹੀ ਨਹੀਂ ਆਪਾਂ ਜੀ ਕੋਈ ਤੇ ਹੁਣ ਮਾਂ ਦਾ ਸਾਇਆ ਵੀ ਨਹੀਂ ਹੈਗਾ ਸਿਰ ਤੇ ਉੱਪਰ ਬਾਪ ਵੀ ਛੋਟੇ ਉਮਰ 'ਚ ਗੁਜ਼ਰ ਗਿਆ ਸੀਗਾ ਹੈ ਨਾ ਕਿੰਨਾ ਕੁ ਸਮਾਂ ਤੁਸੀਂ ਬਦਮਾਸ਼ੀ ਵਾਲੀ ਲਾਈਨ 'ਚ ਕੱਢਿਆ ਆਪਣਾ ਬਾਈ ਜੀ ਬਰਬਾਦ ਕੀਤਾ ਕਹਿ ਸਕਦੇ ਇੱਕ ਬਰਬਾਦ ਹੀ ਹੋਇਆ ਬਾਈ ਜੀ 17-18 ਸਾਲ ਲਾ ਲਓ ਹਾਂ ਤਕਰੀਬਨ ਬੱਲੇ ਬੱਲੇ ਅੱਛਾ ਹਾਂਜੀ ਹੁਣ ਹੈਗਾ ਇਦਾਂ ਹੁਣ ਚਲੋ ਪਹਿਲਾਂ ਵੀ ਇੱਕ ਕਿਸਮ ਦਾ ਸਮਾਜ ਸੇਵੀ ਸੀਗਾ ਵੀਰੇ ਮੈਂ ਤਾਂ ਜੋ ਕਰਿਆ ਆਪਦੇ ਵੱਲੋਂ ਸਹੀ ਕਰਿਆ ਉਹ ਰੱਬ ਜਾਣਦਾ ਗਲਤ ਕਰਿਆ ਕਿ ਸਹੀ ਕਰਿਆ ਜੀ ਪਹਿਲਾਂ ਵੀ ਧੀਆਂ ਭੈਣਾਂ ਦੇ ਰੌਲੇ 'ਚ ਵੀ ਜਾਂਦੇ ਚਲੋ ਕੋਈ ਕਿਸੇ ਮੁੰਡੇ ਨਾਲ ਗਲਤ ਕਰਿਆ ਕਿਸੇ ਨੇ ਉਹਦੇ ਨਾਲ ਜਾ ਕੇ ਚਲੋ ਲੜ ਪਏ ਬਾਈ ਜੀ ਕਈ ਗੱਲਾਂ ਇਹੋ ਜਿਹੀਆਂ ਹੋਈਆਂ ਨੇ ਜਿਹ 'ਚ ਮੈਂ ਇਨਵੋਲਵ ਵੀ ਨਹੀਂ ਸੀ ਜੀ ਪੁਲਿਸ ਨੇ ਖਾਮ ਖਾਈ ਵਿੱਚ ਲੈ ਲਿਆ ਹਾਲਾਤ ਤਾਂ ਬਾਜੀ ਇਹੋ ਜਿਹੇ ਬਣੇ ਹੋਏ ਸੀਗੇ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ ਅੱਜ ਮੈਂ ਆਪਦੇ ਘਰੇ ਬੈਠਾ ਉਹ ਪ੍ਰਮਾਤਮਾ ਨੇ ਬਿਠਾਤਾ ਬਾਕੀ ਕੀ ਪਤਾ ਮੇਰੀ ਮਾਂ ਦਾ ਆਸ਼ੀਰਵਾਦ ਹੁਣ ਵੀ ਮੇਰੇ ਤੇ ਹੋਵੇ ਜਿਹਨੂੰ ਮੈਂ ਪੁੱਛੇ ਨੀ 18 ਸਾਲ ਜਿਹੜਾ ਮੈਂ ਅੱਜ ਆਪਦੇ ਘਰੇ ਬੈਠਾ ਸਹੀ ਸਲਾਮਤ ਬੈਠਾ ਹੁਣ ਮੈਂ ਆਪਦੀ ਐਸ਼ ਦੀ ਨਹੀਂ ਸੋਨਾ ਭਾਜੀ ਕੋਈ ਸਮਾਂ ਸੀਗਾ ਸੌਂਕ ਹੀ ਨਹੀਂ ਦਿਖਿਆ ਸੀ ਰਾਮ ਬਾਈ ਜੀ ਇੱਕ ਗੱਲ ਨੋਰਮਲ ਆਪਾਂ ਸੁਣਦੇ ਹਾਂ ਕਹਿੰਦੇ ਜਿਹੜੀ ਬਦਮਾਸ਼ੀ ਆ ਨਸ਼ੇ ਦੇ ਸਿਰ ਤੇ ਹੁੰਦੀ ਆ ਤੁਸੀਂ ਕਿਹੜਾ ਨਸ਼ਾ ਕਰਦੇ ਰਹੇ ਹੋ ਜੀ ਕੋਈ ਨਸ਼ਾ ਨਹੀਂ ਕਰਿਆ ਜੀ ਭਾਈ ਹਾਂ ਬਿਲਕੁਲ ਹਾਂ ਕੋਈ ਨਸ਼ੇ ਦੇ ਸਿਰ ਤੇ ਬਦਮਾਸ਼ੀ ਨਹੀਂ ਕਰੀ ਬਾਜੀ ਦਲੇਰੀ ਤਾਂ ਹੋਣੀ ਚਾਹੀਦੀ ਆ ਹਾਂ ਨਸ਼ੇ ਨੁਸ਼ੇ ਦੀ ਕੋਈ ਬਦਮਾਸ਼ੀ ਨਹੀਂ ਭਰਾਵਾ ਚਲੋ ਜਿਹੜੇ ਲੱਗੇ ਉਹਨਾਂ ਕੁਦਰਤੀ ਜੋ ਕਿਸਮ ਚਾ ਹੁੰਦਾ ਜੀ ਹੈਨਾ ਮੈਂ ਤਾਂ ਕਹਿੰਦਾ ਵੀਰੋ ਜਿਹੜੇ ਤੁਸੀਂ ਨਸ਼ੇ ਕਰਦੇ ਦੇਖੋ ਮੇਰਾ ਸਮਝਾਉਣਾ ਪੈਸਾ ਤੁਹਾਡਾ ਖਰਚ ਹੁੰਦਾ ਜ਼ਿੰਦਗੀ ਤੁਹਾਡੀ ਹੈ ਮੈਂ ਤਾਂ ਤੁਹਾਨੂੰ ਬੇਨਤੀ ਕਰ ਸਕਦਾ ਵੀਰੋ ਛੱਡ ਦਿਓ ਹੌਲੀ ਹੌਲੀ ਘਟਾ ਕੇ ਛੱਡ ਦਿਓ ਕੁਛ ਵੀ ਹੈ ਬਾਕੀ ਆਪਦੇ ਮਾਂ ਬਾਪ ਦੀ ਸੇਵਾ ਕਰੋ ਹੈਨਾ ਮੈਂ ਪਹਿਲਾਂ ਵੀ ਕਿਹਾ ਜੋ ਵੀ ਮੁੜ ਕੇ ਫਿਰ ਉਹੀ ਗੱਲ ਤੇ ਆਊਂਗਾ ਤੁਸੀਂ ਕਬੱਡੀ ਖੇਡਦੇ ਸੀਗੇ ਇਕੱਲੇ ਹੀ ਮੈਚ ਜਿੱਤ ਲਿਆਉਂਦੇ ਸੀਗੇ ਹਨਾ ਤੁਸੀਂ ਖੇਡਦੇ ਸੀ 42 ਕਿਲੋ ਮੇਰੇ ਖਿਆਲ 37 ਸੀਗੀ ਜੀ 37-42 ਕਿਲੋ ਖੇਡਦੇ ਸੀ ਇਕੱਲੇ ਖੇਡਦੇ ਸੀ ਹਾਂਜੀ ਪਹਿਲਾਂ ਪਿੰਡ 'ਚ ਵੀ ਖੇਡਦਾ ਸੀ ਕਈ ਵਾਰੀ ਫਿਰ ਮੈਂ ਜੀ ਆਪਣੀ ਭੈਣ ਕੋਲੇ ਰਹਿਣ ਲੱਗ ਗਿਆ ਸੀ ਲੋਪੋਂ ਪਿੰਡ ਆ ਠੀਕ ਹੈ ਥੋੜਾ ਸਮਾਂ ਰਿਹਾ ਫਿਰ ਮੈਂ ਉੱਥੇ ਖੇਡਿਆ ਸੀਗਾ ਉਹਨਾਂ ਦੇ ਪਿੰਡ 'ਚ ਇਕੱਲਾ ਖੇਡਦਾ ਹੀ ਲਿਖਾ ਕੇ ਆਪਦਾ ਇਕੱਲਾ ਖੇਡਦਾ ਸੀ ਇੱਕ ਖਿਡਾਰੀ ਇੱਕ ਇੰਨਾ ਸੋਹਣਾ ਕਬੱਡੀ ਦਾ ਪਲੇਅਰ ਇਹ ਬਦਮਾਸ਼ੀ ਵਾਲੀ ਦਲਦਲ 'ਚ ਕਿਵੇਂ ਫਸਦਾ ਇਹ ਮਾੜਾ ਜਿਹਾ ਜ਼ਰੂਰ ਦੱਸਿਓ ਦਰਸ਼ਕਾਂ ਨੂੰ ਵੀ ਜੀ ਬਦਮਾਸ਼ੀ ਵਾਲੀ ਦਲਦਲ ਬਸ ਐਂ ਲਾ ਲਓ ਹਾਲਾਤ ਲੈ ਕੁਛ ਸਮਝ ਲਓ ਹੈਨਾ ਹਾਂ ਯਾਰੀ ਦੋਸਤੀ ਲਾ ਲਓ ਕੁਛ ਲਾ ਲਓ ਇੱਕ ਕਾਰਨ ਦੱਸਿਆ ਸੀਗਾ ਪਹਿਲਾਂ ਲੜਕੀ ਨੂੰ ਐਂ ਕਰਿਆ ਹੈ ਨਾ ਫਿਰ ਉੱਥੇ ਮੈਂ ਉਹਨੂੰ ਐਂ ਕੁੱਟਿਆ ਜਾ ਕੇ ਫਿਰ ਉਦੋਂ ਬਾਅਦ ਚ ਹੌਸਲਾ ਜੀ ਖੁੱਲ ਗਈ ਬਸ ਫਿਰ ਤੁਰ ਗਏ ਉਸ ਪਾਸੇ ਨੂੰ ਅੱਛਾ ਹਾਂਜੀ ਤੇ ਇੱਕ ਤੁਹਾਡੇ ਗੱਲਾਂ ਮੈਂ ਸੁਣੀਆਂ ਸੀ ਕਾਫੀ ਮਤਲਬ ਕਹਿੰਦੇ ਵੀ ਜਦੋਂ ਤੁਹਾਨੂੰ ਪੁਲਿਸ ਨੇ ਅਰੈਸਟ ਕੀਤਾ ਹੈ ਇੱਕ ਕੋਈ ਥਾਣਾ ਥੋਣਾ ਤੋੜ ਕੇ ਭੱਜ ਲਏ ਸੀ ਕੁਛ ਇਦਾਂ ਕੁਛ ਕੀਤਾ ਸੀ ਹੈ ਭਾਜੀ ਥਾਣਾ ਤੋੜ ਕੇ ਹੀ ਭੱਜਿਆ ਉਹ ਪਤਾ ਕੀ ਗੱਲ ਹੈ ਆਪਣਾ ਹੈਗਾ ਕੋਈ ਥਾਣਾ ਮੈਂ ਪਹਿਲਾਂ ਵੀ ਨਾ ਥਾਣੇ ਮੈਂ ਗਿਆ ਮੈਨੂੰ ਪੁਲਿਸ ਲੈ ਗਈ ਦੋ ਬੰਦੇ ਮੈਨੂੰ ਟਕੋਰ ਨੂੰ ਰੱਖੇ ਸੀ ਉਹਨਾਂ ਨੇ ਮਤਲਬ ਭਾਜੀ ਟਕੋਰ ਕਰਦੇ ਸੀ ਮੇਰੇ ਪੈਰਾਂ ਦੇ ਮਾਸ ਮੂਸ ਸਾਰਾ ਨਾ ਰਾਤ ਪੈ ਗਈ ਸੀ ਪੈਰਾਂ ਥੱਲੇ ਸਾਰਾ ਖਰਾਬ ਹੋ ਗਿਆ ਸੀ ਮੇਰਾ ਟੌਰਚਰ ਇਹਨਾਂ ਕਰਿਆ ਸੀਗਾ ਪੈਰ ਇਕੱਲੇ ਪਹਿਲਾਂ ਟੌਰਚਰ ਵਾਲੀ ਗੱਲ ਦੱਸਿਓ ਵੀ ਕਿੰਨਾ ਕੁ ਤੁਹਾਨੂੰ ਕਿੰਨਾ ਕੁ ਟੌਰਚਰ ਕੀਤਾ ਫਿਰ ਆਪਾਂ ਭੱਜਣ ਵਾਲੀ ਗੱਲ ਕਰਾਂਗੇ ਭਾਜੀ ਛੱਡੇ ਹੀ ਕੁਛ ਨਹੀਂਗਾ ਰੀਜ਼ਨ ਮਤਲਬ ਕਿਵੇਂ ਉੱਠਾ ਪਾ ਕੇ ਭਾਜੀ ਮੈਂ ਉਹ ਜਿਹੜੇ ਪਰਚੇ 'ਚ ਮੈਨੂੰ ਚੱਕਿਆ ਕਤਲ ਦਾ ਕੇਸ ਪਰਚਾ ਸੀਗਾ ਕੋਈ ਮੇਰੇ ਤੇ FIR ਨਹੀਂ ਕੁਛ ਨਹੀਂ ਅੱਛਾ ਮੈਨੂੰ ਵੈਸੇ ਹੀ ਚੱਕਿਆ ਸੀ ਥੋੜਾ ਨਾਮ ਇੱਕ ਚਰਚਾ ਹੋ ਗਿਆ ਕਿਸੇ ਨੇ ਕਰਾਤਾ ਪਤਾ ਨਹੀਂ ਕਿਵੇਂ ਵੀ ਕਿਸੇ ਨੇ ਗੇਮ ਬਣਾਈ ਹੋਣੀ ਭਾਜੀ ਇੰਨੀ ਪੁਲਿਸ ਨੇ ਰੇਡ ਮਾਰੀ ਉਹ ਇਕੱਠੀ ਨੇ ਬਾਹਰ ਤੇ ਰੇਡ ਪਿੰਡ ਪਿੰਡ ਮਾਰੀ ਟੂਸੇ ਪਿੰਡ 'ਚ ਰੇਡ ਪਈ ਸੀ ਅੱਛਾ ਬਾਹਰ ਤੇ ਰੇਡ ਪੁਲਿਸ ਆਪ ਦੱਸ ਰਹੇ ਸੀ ਅਸੀਂ ਇੰਨੇ ਬੰਦੇ ਸੀਗੇ ਸ਼ਰਾਬ ਪੀਤੀ ਆ ਭਾਜੀ ਰਾਤ ਨੂੰ ਹੈ ਨਾ ਪੂਰੇ ਸੈੱਟ ਸੀਗੇ ਵਿੱਚ ਬਈ ਲਾ ਦੇਖ ਲਓ ਤੁਸੀਂ ਵੀ ਬਿਨਾਂ ਗੱਲੋਂ ਫਿਰ ਹੱਥ ਫੇਰਿਆ ਮੇਰੇ ਤੇ ਉੱਥੇ ਵੀ ਰਾਤ ਨੂੰ ਪਿੰਡ 'ਚ ਵੀ ਫਿਰ ਲੈ ਕੇ ਗਏ ਫਿਰ ਉਦੋਂ ਬਾਅਦ ਤਾਂ ਟੋਰਚਰ ਇੰਨਾ ਕਰਿਆ ਭਾਜੀ ਪੁੱਠਾ ਪਾ ਲਿਆ ਅਗਲੇ ਦਿਨ ਸਵੇਰੇ 10 ਵਜੇ ਹੈ ਨਾ ਜੀ ਪੈਰ ਕੁੱਟੇ ਭਾਜੀ ਇਕੱਲੇ ਪੈਰ ਕੁੱਟੇ ਥੱਲੋ ਉਹਦਾ ਮਾਸ ਇਕੱਲਾ ਉਹਦਾ ਨੀਲ ਇੱਥੇ ਤੱਕ ਆਇਆ ਸੀ ਇਕੱਲੇ ਪੈਰ ਕੁੱਟਣ ਇਕੱਲੇ ਪੈਰ ਕੁੱਟਣ ਉਦੋਂ ਬਾਅਦ 1 ਮਿੰਟ ਝੁੱਟੀ ਲਾਉਣੀ ਅੱਧਾ ਪੌਣਾ ਮਿੰਟ ਲਾਉਣੀ ਪੈਰ ਕੁੱਟਣੇ ਫਿਰ ਭਜਾਉਣਾ ਵੀ ਖੂਨ ਨਾ ਖੜ ਜਾਵੇ ਖੂਨ ਤਾਂ ਭਾਜੀ ਫਿਰ ਵੀ ਲੱਤਾਂ ਤੇ ਖੜਾ ਰਿਹਾ 2-3 ਮਹੀਨੇ ਐਵੇਂ ਹੀ ਨੀਲ ਰਹੇ ਨੇ ਅੱਛਾ ਫਿਰ ਚਲੋ ਇਹ ਤੁਹਾਡਾ ਹੋਇਆ ਤੁਹਾਡੇ ਨਾਲ ਬਹੁਤ ਜ਼ਿਆਦਾ ਟੌਰਚਰ ਕੀਤਾ ਇੱਕ ਤਰ੍ਹਾਂ ਦਾ ਉਸ ਤੋਂ ਬਾਅਦ ਤੁਸੀਂ ਮੰਨੇ ਨਹੀਂ ਹੈਗੇ ਮੰਨਣੇ ਜਾਂ ਕਰਿਆ ਹੀ ਨਹੀਂ ਜੀ ਜਦੋਂ ਉਦੋਂ ਬਾਅਦ ਮੇਰਾ ਇੱਕ ਨੋਹ ਪੱਟਿਆ ਸੀਗਾ ਨੋਹ ਪੱਟਿਆ ਹਾਂਜੀ ਫਿਰ ਮੈਨੂੰ ਉਲਟੀ ਆ ਗਈ ਜੀ ਪੈਰ ਦਾ ਕੱਥ ਦਾ ਪੈਰ ਦਾ ਅੰਗੂਠੇ ਦਾ ਇੱਧਰਲਾ ਉਦੋਂ ਬਾਅਦ ਮੈਨੂੰ ਆ ਗਈ ਉਲਟੀ ਠੀਕ ਹੈ ਆ ਨੋਹ ਬਦਲ ਗਏ ਸਾਰਾ ਰੰਗ ਬਦਲ ਗਿਆ ਨੇ ਦਿਖਾਇਓ ਵੀਰੇ ਹਾਂ ਉਦੋਂ ਬਾਅਦ ਮੈਨੂੰ ਆ ਗਈ ਸੀ ਜੀ ਉਲਟੀ ਅੱਛਾ ਜੀ ਨੋਹ ਪੱਟਿਆ ਉਦੋਂ ਬਾਅਦ ਹੈ ਉਦੋਂ ਬਾਅਦ ਫਿਰ ਮੈਂ ਕਿਹਾ ਵੀ ਜਦੋਂ ਮਾੜਾ ਜਿਹਾ ਠੀਕ ਜਾ ਮੈਂ ਕਿਹਾ ਹੁਣ ਲਿਖਾ ਲਓ ਜਿਹੜਾ ਕੋਈ ਲਿਖਾਉਣਾ ਉਹ ਸ਼ਰਮਿੰਦਾ ਅੱਛਾ ਬਈ ਉਹਨਾਂ ਨੇ ਤਾਂ ਜ਼ੋਰ ਲਾ ਲਿਆ ਸੀ ਆਪਦੇ ਕੰਨੀ ਠੀਕ ਹੈ ਜਦ ਭਾਜੀ ਕਰਿਆ ਹੀ ਨਹੀਂ ਗਾ ਬਿਨਾਂ ਗੱਲੋਂ ਕਿਵੇਂ ਮੰਨ ਲਾ ਹਾਲੇ ਲੋਕ ਝੂਠੇ ਵੀ ਮੰਨ ਜਾਂਦੇ ਨੇ ਉਹਨਾਂ ਕੋਲੇ
ਪੁਲਿਸ ਇੰਨਾ ਤਸ਼ੱਦਦ ਕਰਦੀ ਹੈ ਬੰਦੇ ਤੇ, ਝੂਠਾ ਮਨਾ ਲੈਂਦੀ ਹੈ ਬਿਨਾਂ ਗੱਲੋਂ। ਜੱਜ ਸਾਹਿਬ ਸਾਰਾ ਕੁਝ ਦੇਖ ਕੇ ਬੰਦੇ ਨੂੰ ਸਜ਼ਾ ਦਿੰਦੇ ਨੇ, ਕਿਉਂ ਦਿੰਦੇ ਨੇ? ਪੁਲਿਸ ਟੋਰਚਰ ਕਰਕੇ ਬੰਦੇ ਨੂੰ ਝੂਠ ਵੀ ਮਨਾ ਲੈਂਦੀ ਹੈ। ਅੱਛਾ, ਹਾਂਜੀ। ਤੇ ਉਸ ਤੋਂ ਚਲੋ ਤੁਹਾਡਾ ਟੋਰਚਰ ਹੋਇਆ, ਤੁਸੀਂ ਫਿਰ ਥਾਣੇ ਵਿੱਚ ਕਿਵੇਂ ਹੋਇਆ, ਕਿਵੇਂ ਥਾਣੇ ਵਾਲਾ ਭੱਜਣ ਵਾਲਾ ਕੀ ਕਿੱਸਾ ਸੀਗਾ ਤੁਹਾਡਾ? ਉਹ ਭਾਅ ਜੀ, ਉਹ ਥਾਣੇ ਮੇਰੇ ਟਕੋਰ ਕਰਨ ਦੋ ਬੰਦੇ ਰੱਖੇ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਦੇਖਿਆ ਵੀ ਮੁਲਾਜ਼ਮ ਘੱਟ ਲੱਗਦੇ ਨੇ, ਮੈਂ ਕਿਹਾ ਵੀ ਐਂ ਕਰੋ ਵੀ ਤੁਸੀਂ ਨਾ ਮੇਰੇ ਦਰਦ ਹੋਣ ਲੱਗ ਗਿਆ, ਪੈਰਾਂ 'ਚ ਫਟਕੜੀ ਪਾ ਕੇ ਪਾਣੀ ਲੈ ਆਓ। ਉਹ ਉੱਪਰ ਚਲੇ ਗਏ ਛੱਤ ਤੇ ਗਰਮ ਕਰਨ, ਤੇ ਮੈਂ ਚਲੋ ਜੀ ਹੌਲੀ ਹੌਲੀ ਨਿਕਲਿਆ ਬਾਹਰ। ਕੰਧ ਨੂੰ ਹੱਥ ਲਾ ਲਾ ਕੇ ਗਾਹ ਨੂੰ ਹੋਇਆ, ਸਕੂਟਰ ਵਾਲਾ ਕੋਈ ਲੰਘਿਆ ਹੋਇਆ, ਮੈਂ ਵੀਰ ਜੀ ਲੈ ਚੱਲੇ ਮਾੜਾ ਜਿਹਾ, ਮੈਂ ਡਾਕਟਰ ਤੇ ਜਾਣਾ। ਉਹਨੇ ਰੋਕਿਆ, ਕੋਈ ਸਾਈਕਲ ਵਾਲਾ ਆਇਆ, ਸਾਈਕਲ ਵਾਲੇ ਮੈਨੂੰ ਬਿਠਾ ਲਿਆ, ਬਿਠਾ ਕੇ ਗਾਹ ਵੇਚੀ ਬਾਜ਼ਾਰ ਦੇ ਵਿੱਚ ਗਏ ਹਾਂ। ਜਦੋਂ ਰੇਡ ਮੇਨ ਰੋਡ ਤੇ ਚੜ੍ਹਨ ਲੱਗਿਆ ਅੱਗੋਂ ਆ ਗਏ, ਕਹਿੰਦੇ ਕਿੱਧਰ ਚੱਲਿਆ, ਇੰਨੇ ਮੁਲਾਜ਼ਮ ਅਸੀਂ ਤੇ ਜਾਣ ਦੇ ਦਾਂਗੇ ਕਿਤੇ ਤੈਨੂੰ, ਬੈਠ ਸਿਵਲ 'ਚ ਸੀਗੇ। ਅੱਛਾ, ਮੋੜ ਕੇ ਨਾਲ ਲਏ ਫਿਰ ਉੱਥੇ, ਫਿਰ ਚੱਲਿਆ, ਫਿਰ ਉਹਨਾਂ ਨੇ ਫੋਨ ਲਾਇਆ ਗਾਂ ਥਾਣਾ, ਨਾ ਨਾ ਕੋਈ ਹੱਥ ਨਹੀਂ ਲਾਇਆ। ਅੱਛਾ, ਗਾਂਡੀ ਐਸਪੀ ਸਾਹਿਬ ਜੀ ਉੱਥੇ ਵਧੀਆ ਸੀਗੇ, ਠੀਕ ਹੈ, ਉਹ ਕਹਿੰਦੇ ਨਹੀਂ ਮੁੰਡਾ ਤਾਂ ਪਹਿਲੇ ਮਰਨ ਵਾਲਾ। ਅੱਛਾ, ਹਾਂ, ਵਿੱਚ ਮੁਲਾਜ਼ਮ ਭਾਜੀ ਬਹੁਤ ਚੰਗੇ ਨੇ, ਹੁਣ ਵੀ ਚੰਗੇ ਨੇ, ਠੀਕ ਹੈ, ਵਿੱਚ ਗੰਦੇ ਬਹੁਤ ਨੇ। ਅੱਛਾ, ਇੰਨੀਆਂ ਤਨਖਾਹਾਂ ਨੇ ਭਾਜੀ, ਫਿਰ ਵੀ ਰਿਸ਼ਵਤ ਲੈਣੀਆਂ, ਕੀ ਫਾਇਦਾ? ਕੱਲ ਨੂੰ ਉਹ ਇਹ ਨਹੀਂ ਸੋਚਦੇ ਇਹ ਚੀਜ਼ਾਂ ਸਾਡੇ ਪਰਿਵਾਰ ਤੇ ਵੀ ਜਾ ਸਕਦੀਆਂ ਨੇ, ਸਾਨੂੰ ਨਹੀਂ ਕੁਛ ਹੁੰਦਾ, ਹੋ ਸਕਦਾ ਵੀ ਸਾਡੇ ਪਰਿਵਾਰ ਨੂੰ ਨਾ ਕੁਛ ਹੋਵੇ, ਇਹ ਨਹੀਂ ਸੋਚਦੇ ਉਹ ਗੱਲਾਂ। ਇਹ ਮੈਂ ਕਹਿੰਦਾ ਵੀ ਛੱਡੋ ਰਿਸ਼ਵਤਾਂ ਲੈਣੀਆਂ, ਤੁਹਾਡੀਆਂ ਤਨਖਾਹਾਂ ਬਹੁਤ ਨੇ। ਵਿੱਚ ਤਾਂ ਭਾਜੀ ਮੁਲਾਜ਼ਮ ਇਹੋ ਜਿਹੇ ਨੇ ਪੱਲਿਓਂ ਪੈਸੇ ਦਿੰਦੇ ਨੇ ਬੰਦੇ ਨੂੰ, ਗਰੀਬ ਨੂੰ, ਗਰੀਬ ਦੀ ਮਦਦ ਕਰਦੇ ਨੇ, ਵਿੱਚ ਇਹੋ ਜਿਹੇ ਮੁਲਾਜ਼ਮ ਵੀ ਬੈਠੇ ਨੇ, ਚੰਗੇ ਮਾੜੇ ਸਭ ਨੇ ਜੀ। ਜਿਹੜੇ ਨਵੀਂ ਜਨਰੇਸ਼ਨ ਆ, ਜਿਹੜੇ ਨਵੇਂ ਮੁੰਡੇ ਭਰਤੀ ਹੋਣੇ, ਬਹੁਤ ਚੰਗੇ ਨੇ ਵੀਰ ਜੀ, ਨਵੇਂ ਮੁੰਡੇ ਤਕਰੀਬਨ ਲੱਗ ਪਾਉਂਦੇ ਵਧੀਆ ਨੇ, ਬਹੁਤ ਚੰਗੇ ਨੇ। ਹਾਂ, ਤੇ ਚੰਗੇ ਦੀ ਸਹਾਇਤਾ ਕਰਨੀ ਬਣਦੀ ਆ। ਚਲੋ, ਮਤਲਬ ਸਾਰੇ ਉਂਗਲਾਂ 'ਚ ਬਰਾਬਰ ਨਹੀਂ ਹੁੰਦੀਆਂ ਵੀਰੇ ਨੇ ਜਿਵੇਂ ਕਿਹਾ, ਅਤੇ ਤੁਸੀਂ ਇੱਕ ਮੈਨੂੰ ਇਹ ਦੱਸਿਓ ਨੱਕ ਦੇ ਉੱਪਰ ਲਾ ਕੇ ਰੱਖਦੇ ਹੋ, ਮੈਂ ਤੁਹਾਨੂੰ ਦੱਸ ਦਿੰਦਾ ਦੋਸਤੋ ਪਹਿਲਾਂ ਦੱਸਣ ਤੋਂ ਪਹਿਲਾਂ ਵੀ ਵੀਰਾ ਨਾ ਹੁਣ ਪਹਿਲਾਂ ਤਾਂ ਵਿਲਨ ਸੀਗਾ ਰੀਅਲ ਲਾਈਫ 'ਚ, ਹੁਣ ਫਿਲਮ ਆ ਵੀਰਾ, ਤੁਸੀਂ ਦੇਖ ਰਹੇ ਹੋ ਗੀਤਾਂ ਵਿੱਚ, ਹਰੇਕ ਗੀਤ ਦੇ ਵਿੱਚ ਮੇਨ ਵਿਲਨ ਦੇ ਤੌਰ 'ਤੇ ਗੀਤਾਂ 'ਚ, ਫਿਲਮਾਂ ਦੇ ਵਿੱਚ ਵੀ ਬਹੁਤ ਤੁਸੀਂ ਦੇਖਿਆ ਹੋਣਾ ਵੀਰ ਨੂੰ, ਅੱਜ ਵੀਰੇ ਦੀ ਲਾਈਫ 'ਤੇ ਸਟੋਰੀ ਲੈ ਕੇ ਆਏ ਹਾਂ, ਤਾਂ ਵੀਰੇ ਇਵੇਂ ਦੱਸਿਓ ਮਾੜਾ ਜਿਹਾ ਪੱਟੀ ਦਾ ਕੀ ਇਹ ਤੁਹਾਡਾ ਉਸਦਾ ਇੱਕ ਕਰੈਕਟਰ ਹੈ ਜਾਂ ਕੀ ਗੱਲਬਾਤ ਹੈ? ਵੀ ਜੀ, ਕਰੈਕਟਰ ਤੁਸੀਂ ਐਂ ਕਰੋ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਲਓ, ਜਿਹੜਾ ਕੋਈ ਸਾਰਾ ਕੁਝ ਸੱਚ ਦੱਸਣਾ, ਮੇਰੇ ਮਗਰ ਨਹੀਂ ਲੱਗਣਾ, ਉਂਗਲ ਫੜਾਓ, ਬਿਲਕੁਲ ਸੱਚ ਦੱਸੋ ਜੋ ਵੀ ਹੈ। ਹੈਗਾ ਗੈਪ ਜਿਹਾ ਹੈਗਾ? ਹਾਂ ਹੈਗਾ ਨਾ ਜੀ, ਹੈਗਾ ਹੈਗਾ। ਹਾਂ ਇਹ ਭਾਜੀ 13-14 ਸਾਲ ਹੋ ਗਏ ਉਵੇਂ ਗੈਪ ਆ ਭਰਿਆ, ਮੈਨੂੰ ਕੋਈ ਸ਼ੌਂਕ ਨਹੀਂ ਲਾਉਣ ਦਾ, ਜੇ ਕੋਈ ਕਹਿੰਦੇ ਨੇ ਵੀ ਜਾਣ ਕੇ ਦਿਖਾਵਾ ਕਰਨ ਨੂੰ ਲਾਉਂਦਾ, ਬਿਲਕੁਲ ਪਛਾਣ ਜੀ ਬਣ ਜਾਵੇ, ਡੇਲੀ ਲਾ ਕੇ ਦਿਖਾ ਦੇ ਜੀ, ਕੋਈ ਡੇਲੀ ਲਾਉਣਾ ਕੱਟ ਕੇ ਨੂੰ। ਅੱਛਾ ਜੀ, ਛੋਟਾ ਹੁੰਦਾ ਕੋਠੇ ਤੋਂ ਡਿੱਪਿਆ, ਪਤੰਗ ਚੜਾਉਂਦਾ ਸੀਗਾ, ਮੂੰਹ ਥੱਲੇ ਲੱਗਿਆ ਕੇ ਨੱਕ ਟੁੱਟ ਗਿਆ ਸੀਗਾ, ਚਾਚਾ ਜੀ ਨੇ ਚੱਕਿਆ ਕੇ, ਕੁਲਦੀਪ ਚਾਚਾ ਜੀ ਹੁੰਦੇ ਸੀ ਮੇਰੇ, ਹੈਨਾ। ਉਦੋਂ ਬਾਅਦ ਚਲੋ ਫਿਰ ਡਾਕਟਰ ਦੇ ਲੈ ਕੇ ਗਏ, ਉਹਨੇ ਇਲਾਜ ਇਲੂਜ ਕਰਿਆ, ਮਾੜਾ ਮੋਟਾ ਰਹਿ ਗਿਆ, ਫਿਰ ਉਦੋਂ ਬਾਅਦ ਇੱਕ ਯਾਰ ਦੋਸਤ ਬੈਠਾ ਜੀ, ਉਹਨੇ ਉਈ ਬੈਠੇ ਬੈਠੇ ਨੇ ਮੈਨੂੰ ਹੱਸਦਾ ਹੱਸਦਾ ਐਂ ਮਾਰ ਕੇ ਮੇਰੇ ਭੱਜ ਗਿਆ ਯਾਰ ਦੋਸਤ ਆਪਦੇ। ਉਦੋਂ ਬਾਅਦ ਮਾੜਾ ਮੋਟਾ ਹੋਇਆ, ਫਿਰ ਮੇਰਾ ਐਕਸੀਡੈਂਟ ਹੋਇਆ, ਇਹ ਤੋਂ ਬੁੱਲ ਫਟਿਆ ਸੀਗਾ, ਸਿਰ ਫਟ ਗਿਆ ਸੀ ਭਾਜੀ, ਕਾਫੀ ਸੱਟਾਂ ਲੱਗੀਆਂ ਸੀਗੀਆਂ, ਨਾਲੀ ਹੱਡੀ ਟੁੱਟ ਗਈ ਸੀ। ਕਿੰਨਾ ਕੁ ਪਹਿਲਾਂ ਸਮੇਂ ਦੀ ਗੱਲ ਆ ਇਹ ਭਾਜੀ? ਕਾਫੀ ਸਮਾਂ ਹੋ ਗਿਆ, ਮੈਂ ਤੁਹਾਨੂੰ ਦੱਸੀ ਜਾਂਦਾ 13-14 ਸਾਲ ਆਏ ਜਿਵੇਂ ਲੱਗੇ ਨੂੰ ਹੋ ਗਏ, ਉਹਨਾਂ ਸਮਾਂ ਲਾ ਲਓ ਬਸ, ਉਦੋਂ ਤੋਂ ਹੀ ਲਾਉਣ ਲੱਗਿਆ। ਉਦੋਂ ਜਿਹੜਾ ਛੱਡੀ ਹਲੇ ਭਾਜੀ, ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਤੁਹਾਡੀ ਗੱਲ ਵਿੱਚ ਹੈ, ਰੱਬ ਆਪਾਂ ਕਹਿੰਦੇ ਨੇ ਮਾੜਾ ਕਰਦਾ, ਰੱਬ ਕਦੇ ਮਾੜਾ ਨਹੀਂ ਕਰਦਾ ਜੀ। ਮੈਨੂੰ ਲੱਗਦਾ ਸੀਗਾ ਮੇਰਾ ਨੱਕ ਵੀ ਖਰਾਬ ਹੋ ਗਿਆ ਨਾ, ਤੇ ਜਦੋਂ ਭਾਜੀ ਮੈਂ ਹੁਣ ਸਹੀ ਗੱਲ ਕਰਨ ਲੱਗਿਆ, ਤੁਹਾਨੂੰ ਦੱਸਣ ਲੱਗਿਆ, ਇਹ ਪੱਟੀ ਨੇ ਮੈਨੂੰ ਪਛਾਣ ਬਹੁਤ ਛੇਤੀ ਦਿੱਤੀ। ਅੱਛਾ, ਵੀ ਇਹ ਲੈਣ 'ਚ ਗਾਣੇ ਵਾਲੀ ਫਿਲਮ ਵਾਲੀ ਜਿਹੜੀ ਵੀ ਜੋ ਜਿੰਨੇ ਜੋਗਾ ਹੈਗਾ ਜੀ, ਜੋ ਵੀ ਮੇਰੀ ਪਛਾਣ ਹੈ ਜੀ, ਇੱਕ ਤਾਂ ਹੈਗੀ ਮੇਰੇ ਮਾਂ ਬਾਪ ਕਰਕੇ ਆ, ਸੁਰਿੰਦਰ ਸਿੰਘ ਦਾ ਮੁੰਡਾ ਮੈਂ, ਜਗਿੰਦਰ ਕੌਰ ਦੀ ਔਲਾਦ ਹਾਂ, ਜੇ ਉਹਨਾਂ ਦੀ ਕੁੱਖੋਂ ਜੰਮਿਆ, ਮੈਂ ਉਹ ਮਾਂ ਦੀ ਕੁੱਖੋਂ ਜੰਮਿਆ ਜਿਹਨੂੰ ਮੈਂ 18 ਸਾਲ ਬੁਲਾਇਆ ਨਹੀਂ, ਤਾਂ ਮੇਰਾ ਮਾੜਾ ਮੋਟਾ ਨਾਂ ਆ ਵੀਰ ਜੀ, ਨਹੀਂ ਮੈਨੂੰ ਕਿਸੇ ਨੇ ਨਹੀਂ ਜਾਣਨਾ ਸੀ, ਕਿਸੇ ਹੋਰ ਦੇ ਹੁੰਦਾ। ਹਰ ਇੱਕ ਚਿਹਰੇ ਦੇ ਪਿੱਛੇ ਕੁਛ ਨਾ ਕੁਛ ਲੁਕਿਆ ਹੁੰਦਾ ਹੈ ਨਾ, ਦੁੱਖ ਲੁਕਿਆ ਹੁੰਦਾ ਬਹੁਤ ਜ਼ਿਆਦਾ, ਹੈ ਨਾ। ਅਤੇ ਇੱਕ ਤੁਸੀਂ ਮੈਨੂੰ ਦੱਸਦੇ ਸੀਗੇ ਵੀ ਤੁਹਾਡੇ ਡੈਡੀ ਦਾ ਵੀ ਕਾਫੀ ਨਾਮ ਸੀਗਾ ਉਸ ਸਮੇਂ ਦੇ ਵਿੱਚ। ਭਾਅ ਜੀ, ਮੇਰੇ ਡੈਡੀ ਛੋਟੇ ਹੁੰਦੇ ਨਾ ਡੈਡੀ ਦੇ ਫੁੱਫੜ ਜੀ ਦਿੱਲੀ ਲੈ ਗਏ, ਡੈਡੀ ਉੱਥੇ ਲੱਕੜ ਦਾ ਕੰਮ ਸੀ, ਡੈਡੀ ਦਾ ਬਹੁਤ ਦਿਮਾਗ ਸੀਗਾ, ਜਾਣੀ ਸਾਡੀ ਕਿਸਮਤ ਤਾਂ ਹੈ ਨਹੀਂ ਸੀ, ਉਹਨਾਂ ਵਰਗੇ ਸਿੱਖ ਲੈਂਦੇ ਉਹਨਾਂ ਦੇ ਗੁਣ, ਮੈਂ ਦਿਖਾਉਣਾ ਤਾਂ ਮੁੰਡਾ ਜੀ ਮਿਸਤਰੀਆਂ ਦਾ, ਠੀਕ ਹੈ, ਇਹ ਦੱਸ ਦਿੰਦਾ ਤੁਹਾਨੂੰ, ਮੇਰਾ ਲੱਕੜੀ ਦਾ ਕੰਮ ਆ, ਪਰਮਾਤਮਾ ਦੀ ਕਿਰਪਾ ਨਾਲ ਵਧੀਆ ਕੰਮ ਹੈ, ਬੰਦੇ ਵੀ ਨੇ, ਚਾਰ ਮੇਰਾ ਭਰਾ ਵੀ ਮੇਰੇ ਨਾਲ ਹੀ ਕੰਮ ਕਰਦਾ, ਇਕੱਠੇ ਹਾਂ ਅਸੀਂ। ਅੱਛਾ ਜੀ, ਅਤੇ ਉਦੋਂ ਬਾਅਦ ਡੈਡੀ ਛੋਟੇ ਹੁੰਦੇ ਉੱਥੇ ਚਲੇ ਗਏ, ਅਤੇ ਉਦੋਂ ਬਾਅਦ ਡੈਡੀ ਨੇ ਪਾਰਲੀਮੈਂਟ 'ਚ ਡੈਡੀ ਦਾ ਕੰਮ ਕਰਿਆ ਸਾਰਾ, ਘਰੇ ਹਲੇ ਵੀ ਬੁੱਕਾਂ ਪਈਆਂ ਨੇ। ਅੱਛਾ ਜੀ, ਹਾਂਜੀ, ਭਰਾ ਕੋਲ ਪਾਰਲੀਮੈਂਟ 'ਚ ਲੱਕੜ ਦਾ ਕੰਮ, ਪਾਰਲੀਮੈਂਟ ਦਾ ਲੱਕੜ ਦਾ ਕੰਮ ਹੋਇਆ ਸਾਰੇ, ਡੈਸਕਾਂ ਡੁਸਕਾਂ ਪਾਰਲੀਮੈਂਟ ਪਿਆ ਨਹੀਂ ਹੁੰਦਾ ਜਿਹੜਾ ਲੱਕੜ ਦਾ, ਜੋ ਵੀ ਲੱਕੜ ਦਾ ਸਾਰੀ ਡੈਡੀ ਦਾ ਸੀਗਾ। ਅੱਛਾ, ਤਕਰੀਬਨ ਦਿੱਲੀ ਦੇ ਵਧੀਆ ਠੇਕੇਦਾਰ ਸੀਗੇ, ਠੀਕ ਹੈ, ਆ ਤੋਂ ਸਾਲ 40-45-50 ਸਾਲ ਪਹਿਲਾਂ ਬੈਸਟਰ ਗੱਡੀ ਡੈਡੀ ਕੋਲ ਬੋਲਟ ਹੁੰਦਾ।
ਅੱਛਾ ਵੋਟ ਦਾ ਮੈਨੂੰ ਪਤਾ ਜਦੋਂ ਜਦੋਂ ਡੈਡੀ ਗੁਜ਼ਰਿਆ ਤੁਸੀਂ ਕਿੰਨੇ ਸਾਲ ਦੇ ਸੀ ਛੋਟਾ ਸੀਗਾ ਭਾਜੀ ਮੈਨੂੰ ਲੱਗਦਾ ਮੈਂ 7-8 ਸਾਲ ਦਾ ਇੱਥੇ ਆਈ ਥਿੰਕ ਇੰਨਾ ਕੁ ਹੋਊਂਗਾ ਅੱਛਾ ਹੈ ਨਾ ਜੀ ਅਤੇ ਦੰਗਿਆਂ ਵੇਲੇ ਜਦੋਂ ਮੈਂ ਤੁਹਾਨੂੰ ਦੱਸੀ ਜਾਂਦਾ ਅੱਗੇ ਵੀ ਦੱਸਿਆ ਸੀਗਾ ਗ੍ਰੰਥ ਆਪਣੇ ਘਰ ਦੇ ਕੋਲ ਗੁਰਦੁਆਰਾ ਸਾਹਿਬ ਸੀਗਾ ਜੀ ਗ੍ਰੰਥੀ ਸਿੰਘ ਦੇ ਗਲ 'ਚ ਟਾਇਰ ਪਾਇਆ ਇਕੱਲਾ ਕਸ਼ਹਿਰਾ ਸੀਗਾ ਮੈਂ ਖੁਦ ਦੇਖਿਆ ਤੁਸੀਂ ਦੇਖੀ ਜੀ ਹਾਂਜੀ ਖੁਦ ਦੇਖਿਆ ਜੀ ਉਹ ਤੋਂ ਬਾਅਦ ਸਿੱਖਾਂ ਨੂੰ ਮਾਰਦੇ ਸੀਗੇ ਸਾਡੇ ਡੈਡੀ ਨੇ ਦਿੱਲੀ ਦੀ ਗੱਲ ਹੈ ਇਹ ਦਿੱਲੀ ਦੀ ਗੱਲ ਹੈ ਸਾਡੇ ਡੈਡੀ ਨੇ ਤੁਸੀਂ ਇਹ ਚੀਜ਼ ਇਹ ਵੀ ਦੇਖਿਆ ਬਿਲਕੁਲ ਦੇਖੀ ਆ ਜੀ ਸਾਡੇ ਡੈਡੀ ਨੇ ਫਿਰ ਕੀ ਕਰਿਆ ਕੈਂਚੀ ਘਰੋਂ ਲਈ ਜਿਹੜੀ ਆਮ ਕੱਪੜੇ ਦੀ ਕੈਂਚੀ ਹੁੰਦੀ ਹਾਂਜੀ ਹਾਂਜੀ ਸਾਡੇ ਜੂੜੇ ਕੱਟੇ ਕਿਉਂਕਿ ਸਿੱਖਾਂ ਨੂੰ ਮਾਰਦੇ ਸੀ ਹਾਂਜੀ ਇਹ ਤੁਹਾਡਾ ਫਿਰ ਉਦੋਂ ਬਾਅਦ ਜੂੜਾ ਕੱਟਿਆ ਹੋਰ ਕਿਹਦਾ ਕੱਟਿਆ ਕਿਸੇ ਨਾਲ ਕਿਸੇ ਦਾ ਭਾਈ ਸੀ ਆਪਣੇ ਤੇ ਉਦੋਂ ਬਾਅਦ ਭਾਈ ਤੁਸੀਂ ਅਸੀਂ ਚਾਰ ਭਰਾਵਾਂ ਉਦੋਂ ਬਾਅਦ ਚ ਆ ਕੇ ਨਾ ਉਦੋਂ ਬਾਅਦ ਚ ਆ ਕੇ ਫਿਰ ਇੱਥੇ ਫਿਰ ਦੁਬਾਰਾ ਬਾਲ ਰੱਖ ਲਏ ਸੀਗੇ ਦੰਗਿਆਂ ਤੋਂ ਬਾਅਦ ਚ ਉਦੋਂ ਬਾਅਦ ਚ ਫਿਰ 20-22-21 ਸਾਲ ਦੀ ਉਮਰ ਚ ਕਟਾਇਆ ਬਾਲ ਜੋ ਕੌਡੀ ਖੇਡਦੇ ਜੂੜਾ ਹੁੰਦਾ ਸੀ ਉਦੋਂ ਅੱਛਾ ਜਿਹੜੇ ਤੁਸੀਂ ਦਿੱਲੀ ਤੋਂ ਬਚ ਬਚੋ ਕੇ ਫਿਰ ਇੱਥੇ ਆਏ ਹੋ ਮਤਲਬ ਬਚ ਕੇ ਹੈ ਬਚ ਕੇ ਆਪਾਂ ਦੰਗਿਆਂ ਬਾਅਦ ਇੱਧਰ ਨੂੰ ਆ ਗਏ ਸੀਗੇ ਜੀ ਅੱਛਾ ਜਿਹੜੀ ਇਹ ਚੀਜ਼ ਤੁਸੀਂ ਦੇਖੀ ਆਪਣੇ ਟਾਇਰ ਵਾਲੀ ਹੈ ਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੀ ਤਾਂ ਆਇਆ ਘਰ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਸੀਗਾ ਅੱਛਾ ਜੀ ਤੁਹਾਨੂੰ ਪਤਾ ਜੇ ਦੂਰ ਹੁੰਦਾ ਮੈਨੂੰ ਕੀ ਪਤਾ ਸੀਗਾ ਅੱਛਾ ਫਿਰ ਇੱਧਰ ਤੁਸੀਂ ਇੱਧਰ ਆਪਣੇ ਧੂਰਕੋਟ ਆ ਜਾਣਾ ਸਿੱਧਾ ਹੈ ਹਾਂਜੀ ਧੂਰਕੋਟ ਆ ਗਏ ਉਸ ਤੋਂ ਬਾਅਦ ਜੀ ਥੋੜੇ ਟਾਈਮ ਬਾਅਦ ਡੈਡੀ ਦੀ ਡੈਥ ਹੋ ਜਾਂਦੀ ਹੈ ਨਾ ਅੱਛਾ ਤੇ ਫਿਰ ਦੂਸਰੇ ਪਾਸੇ ਨੂੰ ਅੱਛਾ ਕੰਮ ਸ਼ੁਰੂ ਹੋ ਗਿਆ ਹੈ ਉਸ ਤੋਂ ਬਾਅਦ ਡੈਡੀ ਦੀ ਡੈਥ ਹੋ ਜਾਂਦੀ ਹੈ ਬਾਈ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਦੂਸਰੇ ਪਾਸੇ ਨੂੰ ਅੱਛਾ ਹਾਂਜੀ ਇਹ ਕਿਸੇ ਨੇ ਪਾਇਆ ਸੀ ਜਾਂ ਬਸ ਦੇਖ ਦਿਖਾਈ ਹੋ ਗਿਆ ਬਾਜੀ ਐਂ ਲਾ ਲਓ ਬਸ ਕਿਸੇ ਨੇ ਕਹਿਤਾ ਵੀ ਆਹ ਹੋ ਗਿਆ ਕੰਮ ਵੀ ਚੱਲ ਆਪਾਂ ਐਂ ਜਾਣਾ ਟਾਈਮ ਬੰਨਿਆ ਸੀ ਬੰਦਿਆਂ ਨੇ ਕਹਿੰਦੇ ਐਂ ਕਰਕੇ ਗਾਲ ਕੱਢ ਕੇ ਕਿਹਾ ਕਿਸੇ ਬੰਦਿਆਂ ਨੂੰ ਕੁੱਟਤਾ ਸੀਗਾ ਜੀ ਇੱਕ ਤਾਂ ਆਪਣੇ ਪਿੰਡੋਂ ਸੀਗਾ ਮੁੰਡਾ ਵਿਚਾਰਾ ਇੱਕ ਹੋਰ ਸੀ ਯਾਰ ਦੋਸਤ ਬਣ ਗਏ ਨਾ ਉਹਨਾਂ ਦੇ ਪਿੱਛੇ ਜਾ ਕੇ ਫਿਰ ਉਹਨਾਂ ਨੇ ਜਿਹੜੀ ਜਗ੍ਹਾ ਤੇ ਟਾਈਮ ਬੰਨਿਆ ਉੱਥੇ ਆਏ ਨਾ ਅਸੀਂ ਫੇਰ ਉਹਨਾਂ ਦੇ ਘਰੇ ਜਾ ਵੜੇ ਉਦੋਂ ਬਾਅਦ ਉੱਥੇ ਉਹ ਕਹਿੰਦੇ ਜੇ ਵੀ ਗਾਲ ਕੱਢ ਕੇ ਜਿਹੜਾ ਚੌਂਕੀ ਥਾਣੇ ਗਿਆ ਉਦੋਂ ਬਾਅਦ ਚੌਂਕੀ ਥਾਣੇ ਚਲੇ ਗਏ ਉੱਥੇ ਪਰਚਾ ਹੋਇਆ ਫਿਰ ਅਸੀਂ ਉਹ ਜੇਲ੍ਹ 'ਚ ਗਏ ਸੀ ਉਦੋਂ ਬਾਅਦ 'ਚ ਆਏ ਘਰੇ ਉਦੋਂ ਬਾਅਦ 'ਚ ਭਾਜੀ ਮੰਮੀ ਨੇ ਗੱਲ ਕਹੀ ਪੁੱਤ ਵੀ ਛੱਡ ਦੇ ਚੀਜ਼ਾਂ ਅੱਛਾ ਕੁਛ ਨੀ ਗਾ ਅਜੇ ਸ਼ੁਰੂਆਤ ਆ ਅੱਛਾ ਮਾਤਾ ਨੇ ਕਿਹਾ ਜਾਂ ਭਾਈ ਫਿਰ ਪਾਸਾ ਵੱਟ ਲੈ ਅੱਛਾ ਉਹੀ ਫਿਰ ਲੰਡਰ ਪੁੱਤ ਪਰੇ ਨੂੰ ਤੁਸੀਂ ਰਹਿੰਦੇ ਫਿਰ ਘਰੇ ਰਹੇ ਇੰਨਾ ਸਰ ਹਾਂਜੀ ਘਰੇ ਰਹੇ ਡੇਲੀ ਆਉਂਦੇ ਸੀਗੇ ਬਿਲਕੁਲ ਡੇਲੀ ਬਾਈ ਜੀ ਡੇਲੀ ਅੰਦਰ ਵੀ ਰਹਿੰਦੇ ਸੀਗੇ ਜੇਲ੍ਹ 'ਚ ਵੀ ਰਹਿੰਦੇ ਸੀ ਡੇਲੀ ਨਹੀਂ ਅੰਦਰ ਵੀ ਰਿਹਾ ਜਦੋਂ ਵੀ ਜਣੀ ਆਉਣਾ ਸੀ ਘਰੇ ਆਉਣਾ ਚਲੋ ਹਨਾ ਤੇ ਮੈਂ ਹੋਰ ਦੱਸਦਾ ਰੋਟੀ ਪਾਣੀ ਫਿਰ ਰੋਟੀ ਪਾਣੀ ਇੱਕ ਭਰਾ ਜਿਹੜਾ ਮਨਿੰਦਰ ਸਿੰਘ ਆ ਹਾਂਜੀ ਜਦੋਂ ਮੰਮੀ ਨੇ ਮੈਨੂੰ ਇਹ ਗੱਲ ਕਹੀ ਮੇਰਾ ਕਹਿਣਾ ਤਾਂ ਬਣਦਾ ਨਹੀਂਗਾ ਵੀਰੇ ਯਾਰ ਪਤਾ ਕੀ ਆ ਇਹ ਗੱਲ ਕਹਿਣੀ ਨਹੀਂ ਬਣਦੀ ਉਦੋਂ ਉਦੋਂ ਬਾਅਦ ਚੋਂ ਕਿਸੇ ਗੱਲ ਕਰਕੇ ਉਹਦੇ ਨਾਲ ਵੀ ਚਲੋ ਮੰਮੀ ਹੋਣਾ ਨੇ ਕੋਈ ਗੱਲਬਾਤ ਹੋ ਗਈ ਹੋਊਗੀ ਉਹ ਵੀ ਗਰਮ ਸੁਭਾਅ ਦਾ ਲਾ ਲਓ ਜਿਵੇਂ ਮਰਜ਼ੀ ਲਾ ਲਓ ਜੀ ਜੀ ਹੈ ਨਾ ਤੇ ਉਹ ਅਲੱਗ ਰੋਟੀ ਹੋ ਗਈ ਉਹਦੀ ਉਹਨੇ ਫਿਰ ਮੈਨੂੰ ਰੋਟੀ ਦਿੱਤੀ ਅੱਛਾ ਫਿਰ ਮੈਂ ਉਹਦੇ ਕੋਲ ਰੋਟੀ ਖਾਧੀ ਬਸ ਫਿਰ ਉਦੋਂ ਬਾਅਦ ਜੋ ਗਾਹ ਅੱਗੇ ਜਿਹੜੀ ਮਾਂ ਨੇ ਬੁਲਾਇਆ ਨਹੀਂ ਹੈ ਮਾਂ ਦਾ ਬਹੁਤ ਵੀਰੇ ਯਾਰ ਦਿਲ ਦਾ ਮਾਂ ਦਾ ਬਹੁਤ ਦਿਲ ਬਾਲੀ ਚੰਗੀ ਸੀ ਵੀਰੇ ਯਾਰ ਕਿਤੇ ਆਸ ਗਵਾਂਢ ਚ ਪੋਲਿਓ ਕੋਈ ਚੁਗਲੀ ਨਹੀਂ ਕਰਨੀ ਕਿਸੇ ਦੇ ਐਂ ਵਾਧੂ ਵਾਟੂ ਗੱਲ ਨਹੀਂ ਕਰਨੀ ਮਾਂ ਨੇ ਇਹ ਜੀ ਮਾਂ ਸੀਗੀ ਉਹਦਾ ਹਿਰਦਾ ਕਹਿੰਦਾ ਹਰ ਇੱਕ ਨੂੰ ਮਾਂ ਮਿਲਦੀ ਹੈ ਜੀ ਬੁਲਾਇਆ ਤੁਹਾਨੂੰ ਨਹੀਂ ਹੋਣਾ ਪਰ ਹਿਰਦਾ ਤਾਂ ਉਹਦਾ ਦਿਲ ਤਾਂ ਹਰ ਵਾਰ ਕਹਿੰਦਾ ਹੁੰਦਾ ਪੁੱਤ ਆ ਗਿਆ ਠੀਕ ਦੀ ਹੋਣੀ ਤੁਹਾਨੂੰ ਹਾਂਜੀ ਵੀਰ ਜੀ ਇੱਕ ਵਾਰੀ ਨਾ ਸਰਪੰਚ ਤਾਂ ਹੋਰ ਸੀ ਆਪਣੇ ਪਿੰਡ ਦਾ ਮੁੱਖ ਮਹਿਮਾਨ ਵਜੋਂ ਮੈਨੂੰ ਸੱਦ ਲਿਆ ਬੁਲਾ ਲਿਆ ਜਗਰਾਤਾ ਸੀਗਾ ਆਪਣੇ ਪਿੰਡ ਠੀਕ ਹੈ ਉਹ ਸਿੰਗਰ ਲੱਗਿਆ ਜਗਰਾਤੇ ਦੇ ਸਿੰਗਰ ਕਹਿੰਦਾ ਵੀ ਐਂ ਕਰਕੇ ਗਾਣਾ ਗਾਉਂਦਾ ਸੀਗਾ ਮੈਨੂੰ ਕਹਿੰਦਾ ਵੀਰੇ ਕੋਈ ਫਰਮਾਇਸ਼ ਹੋ ਜਾਓ ਵੀਰੇ ਮੈਂ ਕਿਹਾ ਵੀ ਐਂ ਕਰ ਮਾਂ ਦਾ ਗਾਣਾ ਲਾ ਦੇ ਅੱਛਾ ਹਾਂਜੀ ਹਲੇ ਵੀ ਪਤਾ ਕਰ ਲਓ ਜਿੱਥੇ ਮਰਜ਼ੀ ਜਾ ਕੇ ਉਹ ਸਿੰਗਰ ਕਹਿੰਦਾ ਸਪੀਕਰ 'ਚ ਕਹਿੰਦਾ ਪਹਿਲੀ ਵਾਰੀ ਬੰਦਾ ਦੇਖਿਆ ਜਿਹੜਾ ਮਾਂ ਦਾ ਗਾਣਾ ਲਵਾਉਂਦਾ ਨਹੀਂ ਤਾਂ ਅਗਲਾ ਫਰਮਾਇਸ਼ ਉਹਦੀ ਕਹਿੰਦਾ ਉਹਦੀ ਕਹਿੰਦਾ ਮੈਂ ਕਿਹਾ ਵੀਰੇ ਗਾਣੇ ਨਾਲ ਨਾ ਗੱਜ ਅੱਜ ਕਰ ਮੈਂ ਆਪਦੀ ਮਾਂ ਨੂੰ ਪੁੱਛਦਾ ਪੁੱਛਿਆ ਨਹੀਂ ਮੈਂ ਕਿਹਾ ਮੈਂ ਗਾਣਾ ਤਾਂ ਮੈਂ ਕਹਿਤਾ ਮੈਂ ਕਿਹਾ ਸਪੀਕਰ ਦੇ ਵਿੱਚ ਕਿਹਾ ਮੈਂ ਵੀਰੇ ਉਹ ਗੱਲ ਜਿਹੜੀ ਹੁਣ ਦੁਨੀਆ ਮੂਹਰੇ ਦੱਸਦਾ ਅਗਲਾ ਕਹਿੰਦਾ ਆ ਵੀਰੇ ਪੁੱਛਦੇ ਨਾ ਪੁੱਛਦੇ ਹੁਣ ਮਾਮਾ ਪਿਓਮਾ ਨੂੰ ਪਤਾ ਨਹੀਂ ਮੇਰੀ ਗੱਲ ਦੱਸੀ ਤੇ ਅਗਲਾ ਵਿੱਚ ਵਿੱਚ ਕਹਿੰਦੇ ਨੇ 5-7 ਸਾਰੇ ਨਹੀਂ ਵਿੱਚ ਬਹੁਤ ਸੋਹਣੇ ਕਮੈਂਟ ਆਉਂਦੇ ਨੇ 5-7 ਕਹਿੰਦੇ ਲੈ ਇਹ ਤਾਂ ਗਮੀਨਾ ਹੈ ਐਸੇ ਹੈ ਫਲਾਨਾ ਹੈ ਤੁਸੀਂ ਕੀ ਪਤਾ ਤੁਸੀਂ ਨਾ ਪੁੱਛਦੇ ਹੋ ਤੁਸੀਂ ਫੇਸਬੁੱਕ ਦੇ ਹੋ ਕੀੜੇ ਬੈਠੇ ਜਿਹੜੇ ਵਿਹਲੇ ਵੀ ਸਿੱਧਾ ਇੱਕ ਚ ਬੱਜੂਆਰ ਜੀ ਨੇ ਗੱਲ ਕਰਨੀ ਹੈ ਮੇਰੇ ਨਾਲ ਕਰ ਲਿਓ ਜੀ 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 ਨੰਬਰ ਪਿਆ ਵਿੱਚ ਨੰਬਰ ਹੋਰ ਪੈ ਜਾਊਗਾ ਦੁਬਾਰਾ ਠੀਕ ਹੈ ਜੀ ਮੇਰੇ ਨਾਲ ਗੱਲ ਕਰੋ ਜਿਹਨੇ ਕਰਨੀ ਹੈ ਨਾ ਠੀਕ ਹੈ ਹੋਰ ਦੇਖੋ ਨਾ ਕਿਸੇ ਨੂੰ ਗਲਤ ਕਹਿੰਦੇ ਵੀਰੇ ਨਾ ਕਿਸੇ ਤੋਂ ਆਪਾਂ ਸੁਣਨਾ ਹੈ ਨਾ ਸੁਣਨਾ ਬਿਲਕੁਲ ਬਿਲਕੁਲ ਰੱਬ ਕਿਸੇ ਦਾ ਗਲਤ ਕਰਾਵੇ ਆਪਣੇ ਤੋਂ ਪਹਿਲੇ ਚੱਕ ਲਵੇ ਕਿਸੇ ਦਾ ਮਾੜਾ ਕਰਾਉਣ ਤੋਂ ਪਹਿਲਾਂ ਬਿਲਕੁਲ ਬਿਲਕੁਲ ਵੀਰੇ ਸਟੋਰੀ ਦਾ ਕੋਈ ਮਕਸਦ ਸਾਡੀ ਸਟੋਰੀ ਦਾ ਮਕਸਦ ਕੋਈ ਇਹ ਨਹੀਂ ਹੈਗਾ ਵੀ ਜੋ ਜੋ ਵੀਰ ਦੇ ਬੱਲੇ ਬੱਲੇ ਕਰਾਉਣੀ ਆ ਸਾਡਾ ਸਟੋਰੀ ਦਾ ਮਕਸਦ ਇਹ ਹੈ ਇਹ ਨੌਜਵਾਨ ਵੀਰ ਕਿਸੇ ਤਰੀਕੇ ਨਾਲ ਕਿਵੇਂ ਭੜਕ ਗਿਆ ਅੱਜ ਉਹ ਪਛਤਾਵਾ ਵੀ 18 ਸਾਲ ਮੈਂ ਆਪਣੀ ਮਾਂ ਨੂੰ ਨਹੀਂ ਬੁਲਾਇਆ ਅੱਜ ਮਾਂ ਨਹੀਂ ਰਹੀ ਪਿਓ ਨਹੀਂ ਰਿਹਾ ਹੈ ਨਾ ਉਹ ਪਛਤਾਵਾ ਵੀ ਹੋਰ ਕੋਈ ਪੰਜਾਬ ਦਾ ਪੁੱਤ ਕੋਈ ਇਹ ਦਲਦਲ ਦੇ ਵਿੱਚ ਨਾ ਫਸੇ ਆਪਣੀ ਮਾਵਾਂ ਤੋਂ ਦੂਰ ਨਾ ਹੋਵੇ ਮਾਂ ਹਰ ਸਮੇਂ ਤੜਫਦੀ ਰਹਿੰਦੀ ਇੱਕ ਮਾਂ ਅਤੇ ਪੁੱਤ ਦਾ ਰਿਸ਼ਤਾ ਹੈ ਜਿਹੜਾ ਦੁਨੀਆ ਵਿੱਚ ਇੰਨਾ ਮੰਨਿਆ ਹੋਇਆ ਰਿਸ਼ਤਾ ਵੀ ਇਹ ਤੋਂ ਉੱਪਰ ਕੋਈ ਰਿਸ਼ਤਾ ਹੋਰ ਹੈ ਹੀ ਨਹੀਂ
अच्छा मेरे एरिए च आके जां मेरे पिंड च जां किते आले दुआले जाके मेरे बारे पता करो, बंदे नूं मिल के पता लगदा, शकल तों जज ना करो बंदा की है। अच्छा हां जी, मिल के पता लगदा बंदे नूं पूरा। बाकी भी जी थोनू भी पता लग ही गया होना, लग गया बिल्कुल। बाकी भाई जी नूं लगदा मैं लंडर कंजर आके देख लियो भाई, मिल लियो आके देख लियो बंदा किदां दा, पता कर लियो मेरे बारे। जे किसी ने कहा भी इदां दा, मैं मान लूंगा भी मैं बाकी इदां दा होऊंगा जे कहंदे ने लोक। जी भाई जी, अज भी ना एक तुहानूं दस देना, अज भी शूटिंग चलदी सी किसे गीत दी, उहदे विच वीरे तों समां लत्ता। अज किहड़े गीत दी शूटिंग चल रही है, की चल रहा है? गीत बहुत वड्डा प्रोजेक्ट है। अच्छा, ते मैनूं अपने रवि वीरे ने बुलाया जी, अपना रवि हैगा प्रोडक्शन, बहुत वधिया वीरा, बहुत साथ दिंदा अपना। ठीक है जी, बहुत कम बंदे ने 82-83 फिल्मां करती है मुंडा, बहुत सियाणा 26 साल की उम्र का। अच्छा, बहुत गाह पहुंच गया बंदा, मैं कहना रब नूं तरक्कियां करावे। जिहड़ा शूट चलदा वीरे, ए च सुखड़ी हैगा हीरो। ठीक है, ते अपना रोबो वीर जी जी डायरेक्टर जी, ते कैमरामैन जी, दो ही काम कर रहा वो। ठीक है, ते तुसी ए मतलब ए दे लाइन च फिर किवें आ, तुसी विलन दा रोल करदे हो आम गीता फिल्मां च, है ना? हां जी, ए तुहानूं रेंज विच पाउण वाला कौन आ? वीर जी बस किस्मत लई, अच्छा परमात्मा लैके आया। ठीक है, ए देखो पहला मैनू यह चीज़ का कोई शौक नहीं सीगा। हाँ। चलो मेरा किसी ए रौला नबेड़िया कि मैं, है ना, हाँ हाँ। उन्हें मैंने गाने से लिया ए करके गाह दी गाह, मैं फिर फोन आने लग गए। मैं थोड़ी गल कट, रौला नबेड़िया कि रौला? धियाँ का, धी का किसी के भैन का रौला है ना, कर दे होने? हाँ जी, हूँ भी करता जी। अच्छा, पता कर लियो आके एरिया जिते मर्जी आले दुआले, दूरों दूरों आने भाजी। किवें मतलब किवें दे रौले आउंदे ने अजकल, इह मुद्दा पंजाब विच बहुत गंभीर आ, सहुरे तंग करदे ने। ठीक है, हाँ जी, इदां कुछ जे मान लो धी भैण अपनी भैणी, मान लो भी जे जिहड़ी किसे दी भैण आ, हाँ जी, जे वीर जी दोनों पक्खां दी गल सुननी आ, देखो हुण अगला कहूगा तां सानूं भी पता है, इक तरफी गल सुण के कदे जजमेंट नहीं हुंदी, दोनों दी गल सुण के फिर दसी दा, जे अपनी धी भैण दी गलती आ तां उहदी गलती कही जाऊगी। ठीक है, उहनूं सुधार करन नूं कहा जाऊगा। हाँ जी, ना तां मैं किसे नाल कदे जा के मुंडिआं नाल लड़िआ, ठीक है, ना धी नाल लड़िआ, गल्लां करी दीआं वीरे, परमात्मा दी किरपा सुखी वसदीआं ने। ठीक है, पंचायतां भी विच विच हंबलियां सुखी ने भैणां। अच्छा, पिंडां दी पंचायतां भी? बेज बहुत बहुत रब दी कृपा है, बथेरे बंदे मुंह ते कहिंदे, कई मसले इहो जिहे आउंदे ने भी मतलब जदों मसला अड़ जांदा है, पुलिस तों भी नहीं निबड़दा, उदों कहिंदे जो जो कहिंदे जो जो मसला हल करूंगा, रब दी कृपा जी बस। हां, आपां तां कौण आ, उह परमात्मा करे करावे आपो आप। एक तां धीआं भैणां वाले रौले तुहाडे कोल आउंदे आ, होर इस तों बिना कुछ इदां दे भी बहुत आउंदे होणगे, फिर जो जो साडा पुत्त नशिआं च लग गिआ, साडा कुछ नशे दलदल च कढदे ने भाजी, पिंड दे कहिंदे ने बहुत। हां, बहुत कहिंदे ने। की कहिंदे ने? ਵੀ ਆਹ ਨਸ਼ੇ ਵਾਲੇ ਨੂੰ ਰੋਕ ਤੇਰੇ ਕਿਸੇ ਦੇ ਹਟਣਗੇ। ਸਹੀ ਗੱਲ ਆ ਵੀਰੇ, ਤੁਸੀਂ ਨਾ ਇੱਕ ਐਗਜ਼ਾਮਪਲ ਹੋ, ਪਹਿਲਾਂ ਵੀਡੀਓ ਦੇਖ ਰਹੇ ਨੇ ਬਹੁਤ ਸਾਰੇ ਭਰਾ, ਹੈ ਨਾ, ਵੀਡੀਓ ਸ਼ੇਅਰ ਕਰ ਦਿਓ ਵੀਰੋ, ਕਿਉਂਕਿ ਪਛਤਾਵਾ ਪੱਲੇ ਨਾ ਰਹਿ ਜਾਵੇ, ਹੈ ਨਾ। ਅੱਜ ਵੀਰੇ ਦਾ ਇੱਕ ਬਹੁਤ ਵੱਡਾ ਨਾਮ ਹੈ, ਇੱਕ ਅਸੀਂ ਫੇਸ ਦੇਖਦੇ ਹਾਂ ਵੀ ਜੋ ਜੋ ਆ ਗਿਆ, ਜੋ ਜੋ ਆ ਗਿਆ, ਦੇਖੋ ਹੈ ਨਾ, ਜੋ ਜੋ ਵਿਲਨ ਦੇ ਤੌਰ 'ਤੇ ਆ, ਹੈ ਨਾ, ਪਰ ਪਿੱਛੇ ਜਿਹੜਾ ਦੁੱਖ ਦਰਦ ਲੁਕਿਆ ਹੁੰਦਾ ਨਾ, ਉਹ ਤੁਹਾਡੇ ਨਾਲ ਸਾਂਝਾ ਕਰਨਾ ਸੀ ਵੀਰੇ ਦਾ। ਅਤੇ ਪੰਜਾਬ ਦੇ ਹਾਲਾਤਾਂ ਨੂੰ ਜੋ ਜੋ ਵੀਰੇ ਆਪਾਂ ਜਾਂਦੇ ਹਾਂ ਦੇਖ ਲੈ ਲੈਂਦੇ ਹਾਂ ਵੀ ਨੌਜਵਾਨ ਅੱਜ ਕੱਲ੍ਹ ਪੰਜਾਬ, ਆਪਾਂ ਸੁਨੇਹ ਦੇ ਨਾਲ ਦੇ ਬਣਦੇ, ਲੋਕ ਤਾਂ ਕਹਿਣਗੇ ਵੀ ਪਹਿਲਾਂ ਆਪਸ ਕਰਕੇ ਹਟਿਆ, ਦੇਖੋ ਐਂ ਕਹੂਗਾ, ਦੇਖ ਕੇ ਪਤਾ ਨਹੀਂ ਸਾਲਾ ਕੀ ਖਾਧਾ ਹੋਊਗਾ, ਪਤਾ ਨਹੀਂ ਕੀ ਕਰਿਆ ਹੋਊਗਾ। ਅੱਛਾ, ਹਾਂਜੀ, ਵਿੱਚ ਇੱਕ ਦੋ ਕਮੈਂਟ ਇਹੋ ਜਿਹੇ ਆਉਂਦੇ ਨੇ, ਹੁਣ ਤਾਂ ਸੈੱਟ ਆ, ਗੱਡੀ ਟਾਇਟ ਆ। ਅੱਛਾ, ਬਹੁਤ ਗੀਤ ਆਏ ਨੇ, ਇੰਨੇ ਨਾ ਯਾਦ ਨੀ, ਬਹੁਤ ਨੇ, ਤੇ ਵਿੱਚ ਪਾ ਦਿਆਂਗੇ ਲਿੰਕ ਜਿਹੜੇ ਪਾਉਣੇ ਨੇ, ਤੇ ਫਿਲਮਾਂ ਆ ਰਹੀਆਂ ਨੇ ਮੇਰੀਆਂ, ਦੋ ਤਾਂ ਫਿਲਮਾਂ ਲੱਗ ਗਈਆਂ ਹੁਣ ਗਾਹ ਆਉਣੀਆਂ, ਪੱਕਿਆਂ ਬਲੈਕਿਆਂ ਚ ਨਾ ਬੋਲਦਾ ਸੋਧਾ, ਰਿਸ਼ਤੇ ਰੂਹਾਂ ਦੇ। ਹਾਂਜੀ, ਇੱਕ ਗੱਲ ਮੈਂ, ਮੁਹੱਬਤਾਂ ਸੱਚੀਆਂ ਨੇ। ਇੱਕ ਗੱਲ ਤੁਹਾਡੀ, ਜਿਵੇਂ ਫਿਲਮਾਂ ਚ ਵੀ ਚਲੋ ਅਸੀਂ ਤਾਂ ਦੇਖਦੇ ਹਾਂ ਹੈ ਨਾ, ਗੀਤ ਵੀ ਆਉਂਦੇ ਆ, ਇੱਕ ਨਾ ਇੱਕ ਪੱਧਰ ਤੇ ਜਾ ਕੇ ਬੰਦੇ ਦਾ ਬੰਦਾ ਥੋੜਾ ਜਿਹਾ ਉੱਪਰਲੀ ਹਵਾ ਚ ਹੋ ਜਾਂਦਾ, ਤੁਹਾਡੇ ਵਿੱਚ ਮੈਨੂੰ ਚੀਜ਼ ਦੇਖਣ ਨੂੰ ਮਿਲੀ? ਚੱਕ ਲਵੇ ਜੀ, ਰੱਬ ਪਹਿਲੇ ਚੱਕ ਲਵੇ, ਜਿੱਦਣੇ ਫੂਨ ਵੜ ਗਏ, ਹਲੇ ਤਾਂ ਵੀਰ ਜੀ ਮੈਂ ਕੁਛ ਨਹੀਂ ਗਾ, ਸਮਾਂ ਆ ਗਿਆ। ਠੀਕ ਹੈ, ਹਾਂਜੀ, ਹਾਂ, ਜੋ ਦਿਖਤਾ ਹੈ ਉਹ ਵਿਖਤਾ, ਵੱਡੇ ਪਰਦੇ ਤੇ ਆ ਕੇ ਪਰਮਾਤਮਾ ਸੁੱਖ ਰੱਖੇ ਜੀ, ਅੱਗੇ ਸਮਾਂ ਆਉਂਦਾ, ਪਰ ਪਰਮਾਤਮਾ ਦਿਨ ਨਾ ਭਲਾਈ, ਔਕਾਤ ਨਾ ਭਲਾਈ, ਪਹਿਲਾਂ ਚੱਕ ਲਈ ਜੀ, ਨੀਵਾਂ ਹੀ ਰੱਖੀ ਜੀ। ਜੋ ਜੀ ਵੀਰ, ਤੁਹਾਨੂੰ ਜਿਵੇਂ ਤੁਸੀਂ ਦੱਸਿਆ ਤੁਹਾਡੇ ਕੋਲ ਰੋਲੇ ਗੋਲੇ ਆਉਂਦੇ ਰਹਿੰਦੇ ਆ, ਹੈ ਨਾ, ਖਾਸ ਕਰਕੇ ਧੀਆਂ ਦੇ, ਅਤੇ ਕੋਈ ਇੱਦਾਂ ਦਾ ਆਇਆ ਵੀ ਤੁਹਾਨੂੰ ਕਿਸੇ ਪਾਸੇ ਉਹ ਨਾ ਸੁੜ ਜਾਵੇ ਤੁਹਾਡੇ 'ਤੇ ਪਰਮਾਤਮਾ ਦੀ ਕਿਰਪਾ? ਬਹੁਤ ਆਉਂਦੇ ਨੇ ਇਹੋ ਜਿਹੇ, ਜਿਹੜੇ ਤਾਜ਼ਾ ਦੱਸਦਾ ਪਰਸੋਂ ਦਾ, ਠੀਕ ਹੈ, ਪਰਸੋਂ ਚੌਥੇ ਦੀ ਗੱਲ ਆ, ਅੱਛਾ, ਪਟਿਆਲੇ ਦਾ ਰੌਲਾ ਸੀਗਾ, ਅਤੇ ਉੱਥੇ ਗਏ ਹਾਂ ਜਦੋਂ ਧੀ ਸੀਗੀ ਆਪਣੇ ਅਹਿਮਦਗੜ ਮੰਡੀ ਨੂੰ ਲਾ ਲਓ, ਹੈ ਨਾ ਜੀ, ਉੱਥੇ ਦੀ ਸੀਗੀ, ਠੀਕ ਹੈ, ਉੱਥੇ ਗਏ ਹਾਂ, ਉੱਥੇ ਗੱਲ ਚੱਲਣ ਲੱਗ ਗਈ, ਸੁਣੀ ਗੱਲ ਕੁੜੀ ਆ ਮੁੰਡੇ ਵਾਲੇ ਸੁਣੀ, ਹੈ ਨਾ ਜੀ, ਮੁੰਡਾ ਤਾਂ ਹੈ ਨਹੀਂ ਸੀ, ਉਹਦੇ ਮਾਂ ਬਾਪ ਸੀਗੇ, ਅਤੇ ਉਹਦੇ ਚਾਚੇ ਮਾਸੀ ਦਾ ਲੜਕਾ ਦੀ ਮਾਸੀ ਸੀਗੀ ਜੀ, ਮੁੰਡਾ ਗਿਆ ਸੀ, ਉਹਦਾ ਘਰ ਦਾ ਕੰਮ ਚੰਗਾ ਉਹਨਾਂ ਦਾ, ਠੀਕ ਹੈ, ਉਹ ਕੰਮ 'ਤੇ ਗਿਆ ਸੀਗਾ ਆਪਦੇ, ਚਲੋ ਪੁੱਛਿਆ ਕਿ ਜਦੋਂ ਕੁੜੀ ਨੂੰ ਗੱਲ ਪੁੱਛੀ ਜੀ, ਕੁੜੀ ਕਹਿੰਦੀ ਮੈਂ ਤਾਂ ਅਲੱਗ ਹੋਣਾ, ਅੱਛਾ ਜੀ, ਜਿਹਦੇ ਵੱਲੋਂ ਗਏ ਆਪਾਂ, ਹੈ ਨਾ, ਅੱਛਾ, ਪਹਿਲਾਂ ਤਾਂ ਉਹਨੂੰ ਕਿਹਾ ਵੀ ਗੱਲਾਂ ਨਾ ਕਰ, ਹਾਂ ਤੂੰ ਸਾਨੂੰ ਹੁਣ ਤੂੰ ਦੱਸੇਂਗੀ ਵੀ ਤਾਂ ਅਲੱਗ ਹੋਣਾ ਜੀ, ਮੁੰਡਾ ਉਹਦੇ ਘਰਦੇ ਕਹਿੰਦੇ ਨੇ ਵੀ ਮੁੰਡਾ ਭਾਈ ਸੌਦਾ ਪੱਤਾ, ਕੁੜੀ ਨੂੰ ਕੱਪੜਾ ਜਿਹੜਾ ਅਸੀਂ ਲਿਆ ਕੇ ਦਿੰਦੇ ਹਾਂ, ਠੀਕ ਆ ਜੀ, ਹੁਣ ਕੁੜੀ ਨੂੰ ਅੱਡ ਕੁੜੀ ਅੱਡ ਹੋਣ ਨੂੰ ਕਹਿੰਦੇ, ਭੁੱਖੀ ਨਾ ਮਰਦੀ ਉਹ,
ਅੱਛਾ ਉਹ ਕਹਿੰਦੇ ਅਸੀਂ ਜ਼ਿੰਮੇਵਾਰੀ ਲੈਨੇ ਆ ਕੁੜੀ ਦੀ ਸਾਰੀ ਕੁੜੀ ਨੂੰ ਸਭ ਕੁਝ ਮਿਲੂਗਾ ਮਿਲਦਾ ਵੀ ਆ ਕੁੜੀ ਨੂੰ ਪੁੱਛਿਆ ਮੈਂ ਅਲੱਗ ਹੋਣਾ ਮੈਂ ਭਾਂਡੇ ਅੱਡ ਕਰਨੇ ਨੇ ਤੂੰ ਅਲੱਗ ਹੋਏਗੀ ਤੈਨੂੰ ਉਹਨੇ ਕੋਈ ਲਿਆ ਕੇ ਨਹੀਂ ਦੇਣਾ ਭੁੱਖੀ ਮਰੇਗੀ ਫਿਰ ਤੂੰ ਜੀ ਜੀ ਫਿਰ ਉਹਨੂੰ ਸਮਝਾ ਕੇ ਵੀਰ ਜੀ ਉਹਨੂੰ ਕਿਹਾ ਫਿਰ ਉਹ ਟਿਕ ਗਈ ਅੱਛਾ ਹਾਂਜੀ ਜਾਣੀ ਇਹ ਮਤਲਬ ਹੁੰਦਾ ਅਸਲ ਵਿੱਚ ਹੁੰਦਾ ਜਾਂ ਕੀ ਇਹ ਗੱਲਬਾਤ ਹੁੰਦੀ ਕਿ ਰਿਸ਼ਤੇ ਵਿਗੜ ਕਾਹਦੇ ਰਹੇ ਨੇ ਰਿਸ਼ਤੇ ਜਾਂ ਤਾਂ ਵੀਰ ਜੀ ਵਿਗੜਦਾ ਵਿੱਚ ਕੋਈ ਜਨਾਨੀ ਆ ਜਾਵੇ ਅੱਛਾ ਜਿਹੜਾ ਆਪਾਂ ਸੁਣਦੇ ਰਹਿੰਦੇ ਆ ਵੀ ਬੁੜੀਆਂ ਮੁੰਡੇ ਵਿਗਾੜ ਦਿੰਦੀਆਂ ਰਹੇ ਬਿਲਕੁਲ ਬਿਲਕੁਲ ਹਾਂ ਚੱਕ 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 ਲਾ ਤਾਂ ਚੱਕ ਲਾ ਤਾਂ ਲਾ ਇੱਕ ਤਾਂ ਜਨਾਨੀ ਹੁੰਦੀ ਜਿਹੜੀ ਇੱਕ ਤਾਂ ਆਪਣੀ ਘਰ ਵਾਲੀ ਇੱਕ ਸਾਈਡ ਤੇ ਹੋਗੀ ਉਹ ਜਨਾਨੀ ਅੱਛਾ ਹੁਣ ਇੱਕ ਮਾਵਾਂ ਹੁੰਦੀਆਂ ਨੇ ਵਿੱਚ ਮਾਵਾਂ ਬਹੁਤ ਵਧੀਆ ਨੇ ਵਿੱਚ ਮਾਵਾਂ ਵੀ ਮਾਵਾਂ ਦਾ ਦਖਲ ਵੱਧ ਜਾਂਦਾ ਮਾਵਾਂ ਵਿੱਚ ਹਾਂਜੀ ਤੇ ਉਹ ਘੱਟ ਦਖਲ ਦਿੰਦਾ ਮਾਵਾਂ ਵਿੱਚ ਵਧੀਆ ਬਹੁਤ ਨੇ ਧੀ ਨੂੰ ਸਮਝਾਉਂਦੇ ਨਾ ਧੀ ਉਹ ਤੇਰੀ ਮਾਂ ਉਹ ਤੇਰਾ ਪਿਓ ਆ ਤੈ ਉਹਨਾਂ ਨਾਲ ਹੀ ਰਹਿਣਾ ਜੀ ਵਿੱਚ ਕਹਿੰਦੇ ਨੇ ਨਾ ਨਾ ਤੈ ਉਹਨੂੰ ਕੋਈ ਸਮਝਣਾ ਹੀ ਨਹੀਂਗਾ ਅੱਛਾ ਉਹਦੇ ਨਾਲ ਫਰਕ ਪੈਂਦਾ ਫਿਰ ਵੀਰ ਜੀ ਦਖਲਅੰਦਾਜ਼ੀ ਮਾਰਦੀ ਆ ਜੇ ਮਾਂ ਧੀ ਕਹੇ ਨਾ ਵੀ ਤੂੰ ਉੱਥੇ ਜਾ ਕੇ ਉਹਨੂੰ ਆਪਦੀ ਮਾਂ ਮੰਨਣਾ ਪਿਓ ਮੰਨਣਾ ਤੇ ਮੁੰਡੇ ਵਾਲੇ ਕਹਿਣ ਤੈ ਉਹਨਾਂ ਨੂੰ ਮਾਂ ਪਿਓ ਮੰਨਣਾ ਕਦੇ ਰੋਲੇ ਨਹੀਂ ਪੈਂਦੇ ਇਹ ਜੀ 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 ਹਾਂਜੀ ਜੋ ਜੋ ਵੀਰੇ ਜਾਂਦੇ ਜਾਂਦੇ ਕੀ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਕੁਝ ਸੁਨੇਹਾ ਵੀਰੇ ਇਹੀ ਆ ਵੀ ਇਹ ਬਦਮਾਸ਼ੀ ਦੀ ਦਲਦਲ ਜਾਂ ਨਸ਼ੇ ਦੀ ਦਲਦਲ ਕੋਈ ਵੀ ਇਹੋ ਜਿਹੀ ਚੀਜ਼ ਆ ਜੋ ਗਲਤ ਹੈ ਜੀ ਕੰਮ ਉਹ ਕਰੋ ਜਿਹਦੇ ਨਾਲ ਆਪਣੇ ਮਾਂ ਬਾਪ ਦਾ ਸਿਰ ਉੱਚਾ ਹੋਵੇ ਜੀ ਕੰਮ ਕਦੇ ਉਹ ਨਾ ਕਰਿਓ ਮੇਰੇ ਵੀਰੇ ਉਹ ਜਿਹਦੇ ਨਾਲ ਆਪਣਾ ਸਿਰ ਨੀਵਾਂ ਹੋਵੇ ਨੌ ਕਮਾਉਣ ਨੂੰ ਹੋਰ ਵੀ ਚੀਜ਼ਾਂ ਬਹੁਤ ਨੇ ਜੀ ਬਹੁਤ ਨੇ ਗੇਮ 'ਚ ਨੌ ਕਮਾਓ ਬਹੁਤ ਹੋਰ ਕਿਸੇ ਵੀ ਚੀਜ਼ਾਂ 'ਚ ਨੌ ਕਮਾਉਣਾ ਨਾ ਚੰਗੇ ਕੰਮ 'ਚ ਨੌ ਕਮਾਓ ਮਾੜੇ ਕੰਮ ਛੱਡ ਦਿਓ ਮੇਰੇ ਵੀਰੋ ਕੁਛ ਨਹੀਂ ਪਿਆ ਚੀਜ਼ਾਂ 'ਚ ਇਹ ਜੇ ਬਰਬਾਦੀ ਹੈ ਸਾਰੀ ਚੀਜ਼ਾਂ 'ਚ ਬੰਦੇ ਕੋਲ ਆਪਦੇ ਕੋਲ ਕੁਛ ਨਹੀਂ ਰਹਿੰਦਾ ਹੁਣ ਤਾਂ ਕਈਆਂ ਕੋਲ ਕੀਲੇ ਨੇ ਜੀ ਜੀ ਇੱਥੇ ਥੋੜ੍ਹਾ ਮੱਝ ਵਾਲਾ ਕੀਲਾ ਨਹੀਂ ਰਹਿੰਦਾ ਬੰਦੇ ਕੋਲ ਤੁਸੀਂ ਖਤਮ ਵੀਰੇ ਖਤਮ ਸਭ ਕੁਝ ਖਤਮ ਹੋ ਜਾਂਦਾ ਇਹ ਤਾਂ ਕੰਧਾਂ ਵੀ ਪੈਸੇ ਮੰਗਦੀਆਂ ਨੇ ਕਚਹਿਰੀ ਜੇਲ੍ਹਾਂ ਦੀਆਂ ਅੱਛਾ ਜਿਹਦਾ ਬੰਦੇ ਨੇ ਪਿੱਠ ਨਹੀਂ ਦੇਖਣੀ ਉਹਦਾ ਮੂੰਹ ਦੇਖਣਾ ਪੈ ਜਾਂਦਾ ਅੱਛਾ ਕੁਛ ਨਹੀਂ ਪਿਆ ਚੀਜ਼ਾਂ 'ਚ ਵੀਰੇ ਮਿਹਨਤ ਕਰਨੀ ਪੈਂਦੀ ਅਗਲੇ ਦੀ ਹੁਣ ਆਪਾਂ ਵਾਈ ਫੇਸ ਖੜੇ ਹਾਂ ਨਾ ਵੀਰ ਜੀ 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 ਬੰਦਾ ਮੂੰਹ ਨਹੀਂ ਦੇਖ ਕੇ ਤੁਸੀਂ ਮੈਨੂੰ ਦੇਖ ਕੇ ਨਹੀਂ ਰਾਜੀ ਹੋਵੋਗੇ ਜੇ ਲੱਗਦਾ ਵੀ ਉਹ ਮੰਗੂਗਾ ਕੁਝ ਪੰਗਾ ਪਾਊਗਾ ਬੰਦਾ ਖਿਸਕੇ ਜਾਂਦਾ ਬੰਦਾ ਜਦੋਂ ਹੁਣ ਤੂੰ ਮੈਂ ਫਸ ਗਿਆ ਜੀ ਹੁਣ ਮੈਂ ਤੁਹਾਡੇ ਸਾਹਮਣੇ ਆ ਗਿਆ ਵੀਰ ਜੀ ਮੇਰੀ ਮਦਦ ਕਰੋ ਐਂ ਨਾ ਕਰੋ ਇਹ ਤਾਂ ਬੰਦਾ ਗਿੜਗਿੜਾਉਂਦਾ ਵੀ ਉਹ ਕੰਮ ਨਾ ਕਰੋ ਆਪਾਂ ਨੂੰ ਝੁਕਣਾ ਪਵੇ ਮੈਂ ਬੇਨਤੀ ਕਰਦਾ ਵੀਰੇ ਮੰਨਣਾ ਤੁਹਾਡੀ ਮਰਜ਼ੀ ਆ ਨਹੀਂ ਮੰਨਣਾ ਹੱਥ ਜੋੜ ਕੇ ਬੇਨਤੀ ਕਰਦਾ ਮਾਂ ਬਾਪ ਦੀ ਇੱਜ਼ਤ ਕਰੋ ਨਸ਼ਿਆਂ ਨੂੰ ਪਰੇ ਤਿਆਗੋ ਬਸ ਨੌ ਕਮਾਉਣਾ ਚੰਗੇ ਕੰਮ 'ਚ ਕਮਾਓ ਮੇਰੇ ਵਰਗੇ ਲੰਡਰ ਬਣ ਕੇ ਨਾ ਕਮਾਇਓ ਜੀ 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 ਇਹੀ ਬੇਨਤੀ ਹੈ ਮੇਰੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਜੀ ਬਿਲਕੁਲ ਜੋ ਜੋ ਵੀਰੇ ਦੀ ਸਟੋਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਗੱਲਾਂ ਬਹੁਤ ਸਾਰੀਆਂ ਮੋਟੀਵੇਸ਼ਨਲ ਤੁਹਾਡੇ ਨਾਲ ਕੀਤੀਆਂ ਨੇ ਸਾਂਝੀਆਂ ਕੀਤੀਆਂ ਨੇ ਜਿਵੇਂ ਵੀਰੇ ਨੇ ਕਿਹਾ ਵੀ ਨੌ ਕਮਾਉਣਾ ਤਾਂ ਚੰਗੇ ਪਾਸੇ ਚੰਗੇ ਕੰਮ ਕਰਕੇ ਮਾਂ ਬਾਪ ਦਾ ਪਿਆਰ ਖੱਟੋ ਹੈ ਨਾ ਚਲੋ ਸਮਾਂ ਮਾੜਾ ਚੰਗਾ ਚੱਲਦਾ ਰਹਿੰਦਾ ਹੈ ਨਾ ਇਹਨਾਂ ਦੇ ਵੀਰੇ 'ਤੇ ਵੀ ਆਇਆ ਅੱਜ ਚੰਗੇ ਦੌਰ ਦੇ ਵਿੱਚ ਨੇ ਇੱਕ ਇੰਡਸਟਰੀ ਵਿੱਚ ਵੱਡਾ ਨਾਮ ਹੈ ਪਰ ਜੋ ਹਾਲਾਤ ਵੀਰੇ ਨੇ ਸਹੇ ਨੇ ਕੋਈ ਇੱਦਾਂ ਦੀ ਸਮਾਂ ਸੀਗਾ ਉਹ ਦਲਦਲ 'ਚ ਫਸ ਗਿਆ ਅੱਜ ਨਿਕਲ ਚੁੱਕੇ ਨੇ ਪਰ ਅੱਜ ਇੱਕ ਦੁੱਖ ਹਰ ਵਕਤ ਵੀਰੇ ਨੂੰ ਘਾਟ ਮਹਿਸੂਸ ਹੋਊਗੀ ਮਾਂ ਬਾਪ ਦੀ ਸਾਇਆ ਸਿਰ 'ਤੇ ਨਹੀਂ ਹੈਗਾ ਹੈ ਨਾ ਤਾਂ ਜ਼ਰੂਰ ਇੱਕ ਸਟੋਰੀ ਤੁਹਾਡੇ ਲਈ ਸਾਂਝੀ ਕੀਤੀ ਆ ਜ਼ਰੂਰ ਆਪਣੇ ਮਾਂ ਪਿਓ ਦੀ ਕਦਰ ਕਰੋ ਬਸ ਸਾਡਾ ਦੁੱਖ ਇਹ ਨਹੀਂਗਾ ਜੀ ਵੀਰੇ ਬਈ ਮੈਂ ਅੱਖਾਂ 'ਚੋਂ ਹੰਝੂ ਕੱਢ ਕੇ ਤੁਹਾਨੂੰ ਦਿਖਾਵਾਂ ਵੀ ਮੈਨੂੰ ਤਕਲੀਫ ਬਹੁਤ ਜੀ 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 ਮੇਰਾ ਦਿਲ ਰੋਂਦਾ ਬਾਈ ਜੀ 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 ਅਸਲੀਅਤ ਦੱਸ ਰਿਹਾ ਤੁਹਾਨੂੰ ਜੀ ਜੀ ਹੰਝੂ ਮੈਂ ਇੱਕ ਮਿੰਟ 'ਚ ਕੱਢ ਲੂੰਗਾ ਆਰਟਿਸਟ ਆ ਮੈਂ ਤੁਹਾਨੂੰ ਹੁਣ ਵੀ ਕਹਿਣਾ ਬਿਲਕੁਲ ਹਾਂ ਦਿਲ ਰੋਂਦਾ ਹੈ ਮੈਨੂੰ ਪਤਾ ਜੀ ਜੀ ਇਹੀ ਬੇਨਤੀ ਹੈ ਮੇਰੀ ਬਸ ਜੀ ਜੀ ਜੇ ਕੋਈ ਗਲਤ ਕਰਿਆ ਕਿਹਾ ਹੋ ਗਿਆ ਹੋਵੇ ਮਾਫ਼ ਕਰਿਓ ਜੀ ਬਿਲਕੁਲ ਬਿਲਕੁਲ ਕੋਈ ਗਲਤ ਵੀਡੀਓ ਬਣਾਉਂਦੇ ਕੋਈ ਸ਼ਬਦ ਬੋਲਿਆ ਗਿਆ ਤਾਂ ਮਾਫ਼ੀ ਚਾਹੁੰਦੇ ਹਾਂ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਜਿਹੜੇ ਸ਼ਬਦ ਚੈਨਲ ਦੇ ਨਾਲ ਮੈਂ ਪਰਵਿੰਦਰ ਔਜਲਾ ਧੰਨਵਾਦ